ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਆਪਣਾ ਇਹ ਸਮਾਗਮ ਹੋ ਰਿਹਾ, ਇਹ ਸੰਵਾਦ ਦੀ ਇੱਕ ਸ਼ਾਖਾ ਹਰਿੰਦਰ ਸਿੰਘ ਮਹਿਬੂਬ ਯਾਦਗਾਰੀ ਸਭਾ ਵੱਲੋਂ ਹੋ ਰਿਹਾ। ਸੰਵਾਦ ਸਰਬੱਤ ਦੇ ਭਲੇ ਲਈ ਬਣਾਈ ਹੋਈ ਇੱਕ ਸੰਸਥਾ ਹੈ, ਜਿਹੜਾ ਇੱਕ ਪਲੇਟਫਾਰਮ ਮੁਹੱਈਆ ਕਰਵਾਇਆ ਜਾਂਦਾ, ਜਿੱਥੇ ਵੱਖੋ ਵੱਖਰੇ ਖਿਆਲ ਵਿਚਾਰ ਵਾਲੇ ਜਿਹੜੇ ਬੰਦੇ ਨੇ ਉਹ ਆਉਂਦੇ ਨੇ, ਆ ਕੇ ਆਪਣੀ ਗੱਲਬਾਤ ਰੱਖਦੇ ਨੇ। ਸੰਵਾਦ ਵੱਲੋਂ ਪਹਿਲਾਂ ਕਈ ਸਮਾਗਮ ਹੋ ਚੁੱਕੇ, ਰਾਸ਼ਟਰਵਾਦ ਬਾਰੇ ਕਈ ਤਫਸੀਲ ਦੇ ਵਿੱਚ, ਕਾਫੀ ਤਫਸੀਲ ਦੇ ਵਿੱਚ 3-4 ਸੈਮੀਨਾਰਾਂ ਦੇ ਨਾਲ ਗੱਲ ਹੋ ਚੁੱਕੀ ਹੈ, 3-4 ਸੈਮੀਨਾਰਾਂ ਰਾਹੀਂ ਗੱਲ ਹੋ ਚੁੱਕੀ ਹੈ। ਉਹ ਤੋਂ ਬਿਨਾਂ ਹੋਰ ਵੀ ਵੱਖੋ ਵੱਖਰੇ ਜਿਹੜੇ ਸੈਮੀਨਾਰ ਹੁੰਦੇ ਨੇ ਜਾਂ ਵੱਖੋ ਵੱਖਰੇ ਪੰਜਾਬ ਦੇ ਇਲਾਕਿਆਂ ਦੇ ਵਿੱਚ ਲੈਕਚਰ ਕਰਵਾਏ ਜਾਂਦੇ ਨੇ, ਜਿਹੜੇ ਵੀ ਸੱਜਣ ਇਸ ਪਾਸੇ ਕੋਈ ਵੀ ਆਪਣੇ ਇਲਾਕੇ ਵਿੱਚ ਕਿਸੇ ਖਾਸ ਵਿਦਵਾਨ ਦਾ ਲੈਕਚਰ ਕਰਵਾਉਣਾ ਚਾਹੁੰਦਾ ਤਾਂ ਉਹ ਅਰੇਂਜ ਵੀ ਕਰੇ ਜਾਂਦੇ ਨੇ ਸੰਵਾਦ ਵੱਲੋਂ। ਅਤੇ ਤੁਸੀਂ ਵਧੇਰੇ ਤਫਸੀਲ ਹੈ ਜਿਹੜੀ ਉਹ sambadblog.com ਤੋਂ ਵੇਖ ਸਕਦੇ ਹੋ। ਇਹ ਜਿਹੜੀਆਂ ਸਾਰੀਆਂ ਵੀਡੀਓਜ਼ ਹੋਣਗੀਆਂ ਅੱਜ ਦੇ ਇਸ ਸਮਾਗਮ ਦੀਆਂ, ਉਹ ਵੀ ਸੰਵਾਦ 'ਤੇ ਅਪਲੋਡ ਹੋ ਜਾਣਗੀਆਂ ਹਫ਼ਤੇ ਕੁ ਦੇ ਵਿੱਚ ਵਿੱਚ। ਤੁਸੀਂ ਸਾਰੇ ਸੰਵਾਦ 'ਤੇ ਵੇਖ ਸਕਦੇ ਹੋ ਜਾਂ sikhsiyast.com, sikhsiyast.info 'ਤੇ ਉਹਦੇ 'ਤੇ ਵੇਖ ਸਕਦੇ ਹੋ। ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਪੰਜਾਬੀ ਦੇ ਸ਼ਾਇਰ, ਚਿੰਤਕ, ਵਾਰਤਕਾਰ, ਇਤਿਹਾਸਕਾਰ ਅਤੇ ਅਧਿਆਪਕ ਉਹ ਅੰਗਰੇਜ਼ੀ ਦੇ ਨੇ, ਇਹ ਸਾਰੀਆਂ ਉਹਨਾਂ ਦੇ ਵਿੱਚ ਉਹ ਬਹੁਗੁਣੀ ਹਸਤੀ ਸਨ। ਉਹਨਾਂ ਦਾ ਜਨਮ 1937 ਈਸਵੀ ਵਿੱਚ ਲਾਇਲਪੁਰ, ਜਿਹੜਾ ਅੱਜ ਕੱਲ੍ਹ ਪੱਛਮੀ ਪੰਜਾਬ ਵਿੱਚ ਰਹਿ ਗਿਆ ਇਲਾਕਾ, ਉੱਥੇ ਹੋਇਆ ਸੀ। ਅਤੇ ਉਸ ਤੋਂ ਬਾਅਦ ਉਹ ਇਸ ਪਿੰਡ ਦੇ ਵਿੱਚ ਵਸ਼ਿੰਦੇ ਵਜੋਂ ਰਹੇ, ਇਸ ਪਿੰਡ ਦੇ ਵਾਸੀ ਰਹੇ ਉਹ। ਉਹਨਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਕਾਫੀ ਵੱਡਾ ਕੰਮ ਕੀਤਾ, ਜਿਹੜਾ ਕੰਮ ਆਕਾਰ ਪੱਖੋਂ ਵੀ ਅਤੇ ਗੁਣ ਪੱਖੋਂ ਵੀ ਦੋਵਾਂ ਪੱਖਾਂ ਤੋਂ ਵੱਖਰਾ, ਵਿਲੱਖਣ ਹੈ ਅਤੇ ਮਾਣਯੋਗ ਹੈ। ਉਹਨਾਂ ਦੀਆਂ ਰਚਨਾਵਾਂ ਨੇ ਸਹਿਜੇ ਰਚਿਓ ਖਾਲਸਾ, ਜਿਹੜੀ ਵਾਰਤਕ ਦੀ ਕਿਤਾਬ ਹੈ, ਵਾਢਾਕਾਰੀ ਕਿਤਾਬ ਹੈ, ਉਹਦੇ 8 ਹਿੱਸੇ ਨੇ। ਬੜੀ ਵੱਡੀ ਇਤਿਹਾਸ ਦੀ ਵੀ ਕਿਤਾਬ ਹੈ ਉਹ ਇੱਕ ਤਰੀਕੇ ਨਾਲ। ਦੂਸਰੀ ਉਹਨਾਂ ਦੀ ਝਨਾ ਦੀ ਰਾਤ ਕਿਤਾਬ ਹੈ, ਜਿਹਦੇ ਵਿੱਚ ਅਗਾਂਹ 7 ਕਿਤਾਬਾਂ ਨੇ। ਝਨਾ ਦੀ ਰਾਤ ਕਵਿਤਾ ਦੀ ਕਿਤਾਬ ਹੈ, ਨਜ਼ਮ ਬੇਸਿਕਲੀ। ਅਤੇ ਅਗਲੀ ਇਲਾਹੀ ਨਦਰ ਦੇ ਪੈਂਡੇ, ਜਿਹਦੇ 3 ਭਾਗ ਨੇ, ਪਹਿਲਾ, ਦੂਜਾ ਅਤੇ ਚੌਥਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ, ਗੁਰੂ ਅੰਗਦ ਦੇਵ ਜੀ ਦੇ ਨਾਲ ਸੰਬੰਧਿਤ ਅਤੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਸੰਬੰਧਿਤ, ਇਹ 3 ਹਿੱਸੇ ਨੇ। ਇਹ ਉਹਨਾਂ ਦਾ ਜਿਹੜਾ ਵੱਢ ਅਕਾਰੀ ਰਚਣ ਵਾਲਾ ਮਹਾਂਕਾਵ ਸੀ, ਇਹ ਉਸ ਕਿਤਾਬ ਦੇ ਹਿੱਸੇ ਨੇ। ਇਸ ਤੋਂ ਬਿਨਾਂ ਰੂਹ ਦੀ ਆਰਸੀ, ਜਿਹੜੇ ਉਹਨਾਂ ਨੇ ਖਤ ਲਿਖੇ ਸੀ ਪ੍ਰੋਫੈਸਰ ਗੁਰਮੁਖ ਸਿੰਘ ਦੇ ਨਾਂ 'ਤੇ, ਅਤੇ ਗੂੜੇ ਰਿਸ਼ਤਿਆਂ ਦੇ ਗੁੱਝੇ ਰਹੱਸ, ਇਹ ਡਾਕਟਰ ਗੁਰਤਾਰਨ ਸਿੰਘ ਦੇ ਨਾਂ 'ਤੇ ਜੋ ਲਿਖੇ ਖਤ ਨੇ। ਇਸ ਤੋਂ ਬਿਨਾਂ ਸਿੱਖ ਸੁਰਤ ਦੀ ਪ੍ਰਵਾਜ਼, ਇਹ ਰਚਨਾ ਉਹਨਾਂ ਦੀ, ਇਹ ਵਾਰਤਕ ਦੀਆਂ ਰਚਨਾਵਾਂ ਨੇ 3। ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਸਾਹਿਤ ਦੇ ਖੇਤਰ ਵਿੱਚ ਵੱਡੀ ਹਸਤੀ, ਬਹੁ ਭਾਂਤ ਨਾਲ ਸੀ, ਅਤੇ ਉਹਨਾਂ ਨੂੰ ਪੜ੍ਹਨ ਵਾਲੇ ਜਿਹੜੇ ਪਾਠਕ ਨੇ ਉਹ ਖਾਸ ਤਰ੍ਹਾਂ ਦੇ ਨੇ। ਮਤਲਬ ਉਹ ਆਮ ਜਿਹੜਾ ਪੰਜਾਬੀ ਪਾਠਕ ਹੈ, ਆਮ ਨਹੀਂ ਪੜ੍ਹਨ ਵਾਲਾ ਹੈ, ਖਾਸ ਤਰ੍ਹਾਂ ਦੇ ਜਿਹੜੇ ਪਾਠਕ ਨੇ ਉਹਨਾਂ ਦੇ, ਉਹ ਪਾਠਕ ਵੱਖਰੀ ਤਰ੍ਹਾਂ ਦੀ ਬੋਲੀ ਦੇ, ਮੁਹਾਵਰੇ ਦੇ ਆਦੀ ਨੇ। ਅਤੇ ਉਹਨਾਂ ਦੀ ਕਿਤਾਬ ਹੈ ਜਿਹੜੀ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ ਉਹਨਾਂ ਦੀ ਕਿਤਾਬ ਝਨਾ ਦੀ ਰਾਤ ਨੂੰ 1991 ਵਿੱਚ, ਸਾਹਿਤ ਅਕਾਦਮੀ ਦਾ ਅਵਾਰਡ ਸਰਕਾਰੀ ਇਨਾਮ ਹੈ। ਮੈਨੂੰ ਲੱਗਦਾ ਵੀ ਜਿਹੜੇ ਸਾਹਿਤ ਅਕਾਦਮੀ ਦਾ ਇਨਾਮ ਲੈਣ ਵਾਲੇ 3 ਤਰ੍ਹਾਂ ਦੇ ਬੰਦੇ ਹੁੰਦੇ ਨੇ। ਇੱਕ ਤਾਂ ਉਹ ਹੁੰਦੇ ਨੇ ਜਿਨ੍ਹਾਂ ਨੂੰ ਜਦੋਂ ਇਨਾਮ ਮਿਲਦਾ ਹੈ ਤਾਂ ਉਹਨਾਂ ਦੀ ਲੋਕਾਂ ਵਿੱਚ ਪ੍ਰਵਾਨਗੀ ਹੋ ਜਾਂਦੀ ਹੈ। ਦੂਜੇ ਉਹ ਹੁੰਦੇ ਨੇ ਜਿਨ੍ਹਾਂ ਨੂੰ ਇਨਾਮ ਦੇਣ ਨਾਲ ਇਨਾਮ ਦੀ ਪ੍ਰਵਾਨਗੀ ਹੋ ਜਾਂਦੀ ਹੈ ਵੀ ਇਹ ਠੀਕ ਹੈ। ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੂਜੀ ਤਰ੍ਹਾਂ ਦੇ ਬੰਦੇ ਨੇ, ਦੂਜੀ ਤਰ੍ਹਾਂ ਦੇ ਸਾਹਿਤਕਾਰ ਨੇ ਜਿਨ੍ਹਾਂ ਨੂੰ ਇਨਾਮ ਦੇਣ ਤੋਂ ਬਾਅਦ ਇਨਾਮ ਦੀ ਰੈਕੋਗਨੀਸ਼ਨ ਹੋਈ ਹੈ, ਇਨਾਮ ਨੂੰ ਮਾਨਤਾ ਮਿਲੀ ਹੈ। ਅਤੇ ਇਸ ਤੋਂ ਬਿਨਾਂ ਤੀਜੀ ਤਰ੍ਹਾਂ ਦੇ ਬੰਦੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਇਨਾਮ ਵੀ ਮਿਲ ਜਾਂਦਾ
ਪਰ ਉਹ ਇਨਾਮ ਮਿਲਣ ਤੋਂ ਬਾਅਦ ਵੀ ਪ੍ਰਵਾਨ ਨਹੀਂ ਹੁੰਦੇ। ਅਤੇ ਜਿਹੜਾ ਇਨਾਮ ਹੈ, ਕਿਉਂਕਿ ਹਿੰਦੁਸਤਾਨ ਦੇ ਵਿੱਚ ਇਨਾਮਾਂ ਦੀ ਬੜੀ ਵੱਖਰੀ ਤਰ੍ਹਾਂ ਦੀ ਸਿਆਸਤ ਚੱਲਦੀ ਹੈ, ਉਹਦੇ ਵਿੱਚ ਕਈ ਪਾਂਤ ਦੀਆਂ ਗੱਲਾਂ ਹੁੰਦੀਆਂ ਨੇ। ਪਰ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਉਹ ਹਸਤੀ ਨੇ ਜਿਨ੍ਹਾਂ ਦੇ ਸਾਹਿਤ ਨੂੰ, ਜਿਨ੍ਹਾਂ ਦੀ ਰਚਨਾ ਨੂੰ ਇਨਾਮ ਮਿਲਣ ਤੋਂ ਬਾਅਦ ਪੰਜਾਬੀ ਸਾਹਿਤ ਅਕਾਦਮੀ ਦਾ ਜਿਹੜਾ ਅਵਾਰਡ ਹੈ, ਪੁਰਸਕਾਰ ਹੈ, ਉਹ ਪ੍ਰਮਾਣਿਕ ਹੋਇਆ। ਹਰਿੰਦਰ ਸਿੰਘ ਮਹਿਬੂਬ ਜਿਹੜੀ ਸਿੱਖੀ ਦੀ ਇੱਕ ਰੂਹਾਨੀਅਤ ਦੀ ਇੱਕ ਤੇਗ ਦੀ ਜਿਹੜੀ ਸਾਂਝੀ ਪਰੰਪਰਾ, ਉਹਦੇ ਸ਼ਾਇਰ ਹੈ ਹਨ ਉਹ। ਅਤੇ ਉਸ ਸਾਂਝ ਦੇ ਵਿੱਚੋਂ ਹੁਣ ਜਿਹੜੀ ਸਿੱਖਾਂ ਦੇ ਸਾਹਮਣੇ ਦਿੱਕਤ ਆਈ ਹੈ ਵੀ ਉਹ ਆਧੁਨਿਕਤਾ ਦੀ ਆਈ ਹੈ ਬੜੀ ਵੱਡੀ। ਅਤੇ ਵਰਤਮਾਨ ਸਮੇਂ ਵਿੱਚ ਜਿਹੜੀ ਹਿੰਦੁਸਤਾਨੀ ਆਧੁਨਿਕਤਾ ਹੈ, ਉਸ ਨੇ ਸਿੱਖਾਂ ਦੀ ਤੇਗ ਨੂੰ ਮਾਨਤਾ ਦਿੱਤੀ ਹੈ, ਰੂਹਾਨੀ ਅਤੇ ਗਿਆਨ ਦੀ ਪਰੰਪਰਾ ਨੂੰ ਨਹੀਂ। ਅਤੇ ਜਿਹੜੀ ਪੰਜਾਬੀ ਅਕਾਦਮਿਕਤਾ ਹੈ, ਉਹਨੇ ਖਾੜਕੂ ਲਹਿਰ ਦੇ ਹਵਾਲੇ ਨਾਲ ਤੇਗ ਦੀ ਪ੍ਰਵਾਨਗੀ ਹੈ ਜਿਹੜੀ, ਉਹਨੂੰ ਵੀ ਰੱਦ ਕਰ ਦਿੱਤਾ ਇੱਕ ਤਰੀਕੇ ਨਾਲ। ਤਾਂ ਇਸ ਹਾਲ ਦੇ ਵਿੱਚ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦਾ ਕਿੱਡਾ ਵੱਡਾ ਯੋਗਦਾਨ ਹੈ ਵੀ ਉਹਨਾਂ ਨੇ ਸਾਹਿਤ ਦੇ ਖੇਤਰ ਵਿੱਚ, ਅਕਾਦਮਿਕਤਾ ਦੇ ਖੇਤਰ ਵਿੱਚ ਇਹ ਗੱਲ ਲੈ ਕੇ ਆਉਂਦੀ, ਇਹ ਪ੍ਰਵਾਨ ਕਰਵਾਈ, ਇਹ ਬੜੀ ਵੱਡੀ ਮਾਨਤਾ ਹੈ। ਅਤੇ ਅੱਜ ਦੇ ਇਸ ਸਮਾਗਮ ਦੇ ਵਿੱਚ ਸਾਡੇ ਕੋਲ ਮਹਿਬੂਬ ਸਾਹਿਬ ਦੇ ਨੇੜੇ ਰਹਿਣ ਵਾਲੇ ਜਿਹੜੀਆਂ ਤਿੰਨ ਹਸਤੀਆਂ ਨੇ, ਜਿਹਦੇ ਵਿੱਚ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਹੋਰੀ, ਸਰਦਾਰ ਅਜਮੇਰ ਸਿੰਘ ਜੀ ਅਤੇ ਡਾਕਟਰ ਕੰਵਲਜੀਤ ਸਿੰਘ, ਇਹ ਤਿੰਨ ਜਿਹੜੀਆਂ ਹਸਤੀਆਂ ਨੇ ਇਹ ਸਾਡੇ ਇਸ ਸਮਾਗਮ ਦੇ ਵਿੱਚ ਅੱਜ ਸਾਡੇ ਕੋਲ ਹਾਜ਼ਰੀਆਂ ਲਵਾਉਣਗੀਆਂ। ਇਹ ਤਿੰਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਰਿੰਦਰ ਸਿੰਘ ਮਹਿਬੂਬ ਦੀ ਹਸਤੀ ਨਾਲ, ਉਹਨਾਂ ਦੀ ਸਾਹਿਤ ਰਚਨਾ ਨਾਲ ਇਹ ਜੁੜੇ ਹੋਏ ਨੇ। ਅਤੇ ਹੁਣ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਗੁਜ਼ਾਰਿਸ਼ ਕਰਦਾ ਸਾਡੇ ਅੱਜ ਦੇ ਪਹਿਲੇ ਬੁਲਾਰੇ ਡਾਕਟਰ ਕੰਵਲਜੀਤ ਸਿੰਘ ਹੋਰਾਂ ਨੂੰ। ਡਾਕਟਰ ਕੰਵਲਜੀਤ ਸਿੰਘ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ ਵਿੱਚ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਨੇ। ਉਹਨਾਂ ਨੇ ਵਿਸ਼ਵ ਸਾਹਿਤ ਦਾ ਕਾਫੀ ਅਧਿਐਨ ਕੀਤਾ ਹੋਇਆ, ਅਤੇ ਉਹ ਸਾਡੇ ਕੋਲ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੀ ਯਾਦ ਵਿੱਚ ਸਾਡੇ ਨਾਲ ਵਿਚਾਰ ਸਾਂਝੇ ਕਰਨਗੇ। ਡਾਕਟਰ ਕੰਵਲਜੀਤ ਸਿੰਘ ਜੀ, ਬਹੁਤ ਹੀ ਸਤਿਕਾਰਯੋਗ ਮੋਜ਼ਜ਼ ਸ਼ਖਸੀਅਤਾਂ, ਗੁਰੂ ਪਿਆਰ ਵਾਲਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੇਵਾਲ ਸਾਹਿਬ ਦਾ ਇੱਕ ਸ਼ੇਰ ਹੈ ਜਿਹਨੂੰ ਮਹਿਬੂਬ ਸਾਹਿਬ ਨੇ ਵੀ ਬੜੀ ਸਤਿਕਾਰਯੋਗ ਥਾਂ ਦਿੱਤੀ। ਅਸੀਂ ਕੱਖਾਂ ਵਾਂਗੂ ਰੁਲ ਗਏ, ਬੰਨ ਸ਼ਹੀਦੀ ਗਾਨੇ, ਦਿੱਲੀ ਦਾ ਹਰ ਚੌਂਕ ਮੇਰੀ ਬਰਬਾਦ ਕਹਾਣੀ ਜਾਣੇ। ਮਹਿਬੂਬ ਸਾਹਿਬ ਬਾਰੇ ਬੋਲਣ ਲਈ ਜਦੋਂ ਮੈਨੂੰ ਹੁਕਮ ਹੋਇਆ ਤਾਂ ਫਿਰ ਕਾਫੀ ਗੱਲਾਂ ਐਸੀਆਂ ਸਨ ਜਿਨ੍ਹਾਂ ਨੂੰ ਸਮਝਣ ਲਈ ਜਿਹੜੇ ਸਟੂਡੈਂਟਸ ਉਹਨਾਂ ਨੂੰ ਪੜ੍ਹਦੇ ਆ ਉਹਨਾਂ ਨੂੰ ਮੁਸ਼ਕਲ ਆਉਂਦੀ ਹੈ। ਅਤੇ ਉਹਨਾਂ ਨੇ ਟੈਲੀਫੋਨ ਕਰਕੇ ਵੀ ਮਿਲ ਕੇ ਵੀ ਇਹ ਕਿਹਾ ਕਿ ਮਹਿਬੂਬ ਸਾਹਿਬ ਦੀਆਂ ਜਿਹੜੀਆਂ ਟਰਮਸ ਆ, ਜਿਹੜੀ ਟਰਮੀਨੋਲੋਜੀ ਉਹਨਾਂ ਨੇ ਬਣਾਈ ਆ, ਉਹਦੇ ਬਾਰੇ ਗੱਲ ਕੀਤੀ ਜਾਵੇ। ਉਹਦੇ ਬਾਰੇ ਵੀ ਜਿੰਨੀ ਕੁ ਹੋਵੇਗੀ ਮੈਂ ਜ਼ਰੂਰ ਗੱਲ ਕਰਾਂਗਾ। ਮਹਿਬੂਬ ਸਾਹਿਬ ਦੇ ਨਗਰ ਵਿੱਚ ਆਏ ਹਾਂ, ਉਹਨਾਂ ਦੇ ਭਾਈ ਬੰਦ ਪਰਿਵਾਰ ਦੇ ਜੀ ਉਹਨਾਂ ਸਾਰਿਆਂ ਨੂੰ ਬਹੁਤ ਪਿਆਰ ਭਰੀ ਨਮਸਕਾਰ ਹੈ। ਕਿਉਂਕਿ ਹਰ ਕੌਮ ਦੇ ਕੋਲ ਕੋਈ ਵੱਡੀਆਂ ਹਸਤੀਆਂ ਦਾ ਹੋਣਾ ਜ਼ਰੂਰੀ ਹੁੰਦਾ ਤਾਂ ਕਿ ਉਹ ਕੌਮਾਂ ਆਪਣੇ ਉੱਚੇ ਅਮੀਰ ਅਨੁਭਵ ਨੂੰ ਦੁਨੀਆ ਦੇ ਸਾਹਮਣੇ ਬੌਧਿਕ ਰੂਪ ਵਿੱਚ ਪ੍ਰਗਟ ਕਰ ਸਕਣ। ਸੋ ਮਹਿਬੂਬ ਸਾਹਿਬ ਨੇ ਜੋ ਕੰਮ ਕੀਤਾ ਆ ਉਹ ਬੇਸ਼ੱਕ ਬੌਧਿਕ ਕਿਸਮ ਦਾ ਆ, ਪਰ ਉਹਦੀ ਜਿਹੜੀ ਆਤਮਾ ਆ ਉਹ ਗੁਰੂ ਗ੍ਰੰਥ ਸਾਹਿਬ ਤੋਂ ਖੁਰਾਕ ਹਾਸਲ ਕਰਦੀ ਆ। ਇਸ ਕਰਕੇ ਉਹਨਾਂ ਦੇ ਇਸ ਕਾਰਜ ਨੂੰ ਆਪਾਂ ਥੋੜ੍ਹਾ ਡਿਫਾਈਨ ਕਰੀਏ ਕਿ ਉਹਨਾਂ ਨੇ ਸਾਦਾ ਧਰਮ ਪ੍ਰਚਾਰ ਤੋਂ ਇੱਕ ਵੱਖਰੀ ਲੀ ਅਪਣਾਈ। ਗੱਲ ਉਹ
ਸਿੱਖੀ ਦੀ ਕਰਦੇ ਨੇ। ਜਿਹੜੀ ਸਿੱਖੀ ਦੀ ਗੱਲ ਧਰਮ ਪ੍ਰਚਾਰ ਵਾਲਿਆਂ ਵੱਲੋਂ ਕੀਤੀ ਜਾ ਰਹੀ ਹੈ, ਉਹਦੇ ਨਾਲੋਂ ਇੱਕ ਵੱਖਰਾ ਰਾਹ, ਇੱਕ ਵੱਖਰਾ ਤਰੀਕਾ ਅਪਣਾ ਕੇ ਉਹਨਾਂ ਨੇ ਜੋ ਗੱਲ ਕੀਤੀ, ਉਹਦੇ ਕੀ ਕਾਰਨ ਨੇ, ਉਹਦੇ ਕੁਝ ਕਾਰਨ ਇਹ ਨੇ ਕਿ ਉਹ ਜਿਹੜਾ ਇਲਹਾਮ ਹੁੰਦਾ, ਇਹਦੇ ਨਾਲ ਜੁੜਨ ਦੇ ਦੋ ਤਰੀਕੇ ਆ। ਜਿਹੜਾ ਦੈਵੀ ਚਾਨਣ ਅਕਾਲ ਪੁਰਖ ਵੱਲੋਂ ਧਰਤੀ 'ਤੇ ਭੇਜਿਆ ਜਾਂਦਾ ਧਰਮ ਗ੍ਰੰਥ ਜਿਹਨੂੰ ਆਪਾਂ ਕਹਿੰਦੇ ਹਾਂ, ਇੱਕ ਤਾਂ ਹੈ ਕਿ ਕੋਈ ਬੰਦਾ ਸਿੱਧਾ ਉਹਦੀ ਮਿਹਰ ਦੇ ਘੇਰੇ ਵਿੱਚ ਆ ਜਾਵੇ, ਅਤੇ ਉਹ ਜਿਵੇਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਨੇ ਘਾਈ ਦੇ ਸਿਰ ਨੂੰ ਆਪਣੀ ਸੋਟੀ ਛੁਹਾ ਦਿੱਤੀ, ਉਹ ਮਿਹਰ ਦੇ ਨਾਲ ਉਹਦੀਆਂ ਪੀੜ੍ਹੀਆਂ ਦੇ ਵਿੱਚ ਗਿਆਨ ਦੀ ਕੋਈ ਪਰੰਪਰਾ ਨਹੀਂ, ਅਤੇ ਉਹ ਗੀਤਾ ਦੇ ਅਰਥ ਕਰ ਦਿੰਦਾ ਹੈ। ਇਹ ਮਿਹਰ ਦਾ ਆਲਮ ਆ। ਦੂਜਾ ਆਲਮ ਆ ਇੰਸਟੀਟਿਊਸ਼ਨਲਾਈਜੇਸ਼ਨ ਦਾ, ਜਦੋਂ ਬੰਦੇ ਨੂੰ ਸੰਸਥਾਗਤ ਤੌਰ 'ਤੇ ਧਰਮ ਗ੍ਰੰਥ ਦੇ ਉਸ ਗਿਆਨ ਦੇ ਨਾਲ ਜੋੜਿਆ ਜਾਂਦਾ। ਮਹਿਬੂਬ ਸਾਹਿਬ ਨੇ ਇਹ ਕੰਮ ਕੀਤਾ, ਇਹ ਬਹੁਤ ਵੱਡਾ ਕੰਮ ਹੈ, ਛੋਟਾ ਕੰਮ ਨਹੀਂ। ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਨਿਰਾਕਾਰਤਾ ਆ, ਸਿੱਖ ਅਹਿਸਾਸ ਦੀ, ਸਿੱਖ ਕਿਰਦਾਰ ਦੀ, ਸਿੱਖ ਇਤਿਹਾਸ ਦੀ ਨਿਰਾਕਾਰਤਾ ਆ, ਐਬਸਟ੍ਰੈਕਸ਼ਨ ਹੈ ਜਿਹੜੀ, ਉਹਨੂੰ ਬੰਨ ਕੇ ਉਹਨਾਂ ਨੇ ਭਾਸ਼ਾ ਦੇ ਵਿੱਚ ਬਿਆਨ ਕੀਤਾ ਹੈ। ਕਿਉਂਕਿ ਜਿਹੜਾ ਸਾਦਾ ਧਰਮ ਪ੍ਰਚਾਰ ਆ ਉਹ ਕਈ ਵਾਰ ਇੰਨੀ ਜਿਹੜੀਆਂ ਸੂਖਮ ਚੀਜ਼ਾਂ ਹੁੰਦੀਆਂ ਧਰਮ ਗ੍ਰੰਥ ਨਾਲ ਜੁੜੀਆਂ ਹੋਈਆਂ, ਇਲਹਾਮ ਨਾਲ ਜੁੜੀਆਂ ਹੋਈਆਂ, ਉਹਨਾਂ ਨੂੰ ਨਹੀਂ ਪਕੜ ਸਕਦਾ। ਉਹਦੇ ਵਿੱਚ ਸਾਦਗੀ ਹੁੰਦੀ, ਉਹਦਾ ਥਾਂ ਉੱਚਾ ਹੈ, ਸਾਦਗੀ ਦਾ ਥਾਂ ਉੱਚਾ ਹੈ, ਪਰ ਜਦੋਂ ਜਿਵੇਂ ਮਹਿਬੂਬ ਸਾਹਿਬ ਇਹ ਕਹਿੰਦੇ ਕਿ ਪਹਿਲ ਤਾਜ਼ਗੀ ਜਦੋਂ ਖਤਮ ਹੋ ਜਾਂਦੀ ਹੈ, ਜਾਂ ਕੌਮ ਪਹਿਲ ਤਾਜ਼ਗੀ ਦੇ ਅਹਿਸਾਸ ਤੋਂ ਵਿਰਵੀ ਹੋ ਜਾਂਦੀ ਹੈ, ਤਾਂ ਫਿਰ ਕੁਝ ਹੋਰ ਚੀਜ਼ਾਂ ਦੀ ਉਹਨੂੰ ਲੋੜ ਪੈਂਦੀ, ਤਾਂ ਕਿ ਉਹ ਆਪਣੇ ਗੁਰੂ ਦੇ, ਆਪਣੇ ਪੈਗੰਬਰ ਦੇ ਪਹਿਲ ਤਾਜ਼ਗੀ ਵਾਲੇ ਅਹਿਸਾਸ ਵਿੱਚ ਆਵੇ। ਤਾਂ ਮਹਿਬੂਬ ਸਾਹਿਬ ਦਾ ਆਪਣੇ ਕੰਮ ਬਾਰੇ ਜੋ ਕਮੈਂਟ ਹੈ ਉਹ ਇਹ ਹੈ ਕਿ ਮੈਂ ਆਪਣੀ ਕੌਮ ਨੂੰ ਗੁਰੂ ਦੇ ਅਹਿਸਾਸ ਦੀ, ਪਹਿਲ ਤਾਜ਼ਗੀ ਦਾ ਅਹਿਸਾਸ ਦੇਣਾ ਚਾਹੁੰਦਾ ਸੀ, ਜਦੋਂ ਗੁਰੂ ਆਪ ਦੇ ਰੂਪ ਵਿੱਚ ਇੱਥੇ ਵਿਚਰ ਰਹੇ ਸਨ, ਤਾਂ ਉਸ ਅਹਿਸਾਸ ਦੀ ਨੇੜਤਾ ਵਿੱਚ ਲਿਆਉਣ ਲਈ ਉਹਨਾਂ ਨੇ ਇਹ ਸਾਰਾ ਕਾਰਜ ਕੀਤਾ। ਬੇਸਿਕਲੀ ਮਹਿਬੂਬ ਸਾਹਿਬ ਕਵੀ ਹਨ, ਪਰ ਜੋ ਲੋੜ ਸੀਗੀ ਬੋਲਣ ਦੀ, ਜਾਂ ਜਿਵੇਂ ਦਾ ਕਹਿ ਲਓ ਕਿ ਮੇਰੀ ਆਪਣੀ ਵੀ ਸਮਰੱਥਾ ਇੰਝ ਦੀ ਸੀ ਕਿ ਮੈਂ ਸਹਿਜੇ ਰਚਿਓ 'ਤੇ ਹੀ ਬੇਸ ਕਰਾਂਗਾ, ਜਿਹੜੀ ਉਹਨਾਂ ਦੀ ਵਾਰਤਕ ਦੀ ਕਿਤਾਬ ਹੈ, ਜਿਹੜਾ ਉਹਨਾਂ ਦਾ, ਉਹਨਾਂ ਦੇ ਬਹੁਤ ਸਾਰੇ ਪਸਾਰ ਹਨ, ਸਾਰਿਆਂ ਪਸਾਰਾਂ ਨੂੰ ਇੱਕ ਲੈਕਚਰ ਵਿੱਚ ਕਵਰ ਕਰਨਾ ਕਾਫੀ ਵੱਡਾ ਕੰਮ ਹੁੰਦਾ ਆ, ਅਸੀਂ ਥੋੜ੍ਹਾ ਥੋੜ੍ਹਾ ਉਹਨਾਂ ਨੂੰ ਛੋਣ ਦੀ ਕੋਸ਼ਿਸ਼ ਕਰਾਂਗੇ। ਤੋ ਮੈਂ ਉਹਨਾਂ ਦੇ ਜਿਹੜੀ ਕਾਵਿਕ ਸੂਖਮਤਾ ਵਾਲੇ ਪਸਾਰ ਆ ਉਹਨਾਂ ਨੂੰ ਆਉਣ ਵਾਲੇ ਕਿਸੇ ਸਮੇਂ 'ਤੇ ਛੱਡ ਕੇ, ਜਾਂ ਹੋ ਸਕਦਾ ਹੈ ਗਰੇਵਾਲ ਸਾਹਿਬ ਇਹਦੇ ਸੰਬੰਧੀ ਜੇ ਠੀਕ ਸਮਝਣ, ਉਹ ਜ਼ਰੂਰ ਕੁਝ ਇਸ਼ਾਰੇ ਕਰਨਗੇ। ਤੋ ਮੈਂ ਉਹਨਾਂ ਦਾ ਜਿਹੜਾ ਸਹਿਜੇ ਰਚਿਓ, ਜਿਹਦੇ ਵਿੱਚ ਉਹਨਾਂ ਦੀਆਂ 8 ਮੂਲ ਕਿਤਾਬਾਂ ਆ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਵੱਖ ਵੱਖ ਦਾਰਸ਼ਨਿਕ ਚੀਜ਼ਾਂ ਸਾਨੂੰ ਦਿੱਤੀਆਂ, ਉਹਦੇ ਸੰਬੰਧੀ ਔਰ ਉਹਦੇ ਵਿੱਚੋਂ ਵੀ ਜਿਹੜੀ ਸਹਿਜੇ ਰਚਿਓ ਕਿਤਾਬ ਆ ਉਹਦੇ 'ਤੇ ਆਪਣੀ ਗੱਲ ਆਪਾਂ ਵੇਸਟ ਕਰਾਂਗੇ। ਸੋ ਮੈਂ ਬੇਨਤੀ ਕਰ ਰਿਹਾ ਸੀ ਕਿ ਮਹਿਬੂਬ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਐਬਸਟ੍ਰੈਕਟ ਪਸਾਰ ਆ, ਜਿਹੜੀ ਉਹਦੀ ਨਿਰਾਕਾਰਤਾ ਆ, ਜਿਹੜੀ ਉਹ ਸੂਖਮਤਾ ਜਿਹੜੀ ਸਧਾਰਨ ਗਿਆਨ ਨਾਲ ਨਹੀਂ ਛੋਈ ਜਾਂਦੀ, ਨਹੀਂ ਪਕੜੀ ਜਾਂਦੀ, ਉਹਨੂੰ ਫੜਨ ਦੇ ਲਈ, ਇੱਕ ਕਹਿ ਲਓ ਕਿ ਸਾਡੀ ਮਦਦ ਕਰਨ ਦੇ ਲਈ ਇਹ ਸਾਰਾ ਆਪਣਾ ਸਿਸਟਮ ਉਹ ਬਣਾਇਆ। ਤੋ ਇੱਕ ਪੁਆਇੰਟ ਮੈਨੂੰ ਇਹ ਲੱਗਦਾ ਉਹਨਾਂ ਦੇ ਕਾਰਜ ਦਾ। ਦੂਸਰਾ ਕਾਰਜ ਸੀ ਕਿ ਜਦੋਂ ਵੈਸਟਰਨ ਨੌਲੇਜ ਜਿਹੜੀ ਆ, ਜਾਂ ਜਿਹੜੀ ਵੈਸਟਰਨ ਫਿਲੋਸਫੀ ਆ, ਉਹ ਇੱਥੇ ਸੰਸਥਾਗਤ ਰੂਪ ਵਿੱਚ ਆਪਣੇ ਪੈਰ ਜਮਾਉਂਦੀ ਆ, ਔਰ ਸਾਨੂੰ ਉਹਦੇ ਵਿੱਚ ਪੜ੍ਹਦਿਆਂ ਕਾਫੀ ਲੰਬਾ ਅਰਸਾ ਹੋ ਗਿਆ, ਉਹਦੇ ਨਾਲ ਧਰਮ ਗ੍ਰੰਥ ਦੀ ਸਮਝ ਦੇ ਵਿੱਚ ਕੁਝ ਨੁਕਸ ਪੈ ਜਾਂਦੇ ਆ, ਅਤੇ ਬਹੁਤ ਸਾਰੇ ਐਸੇ ਸਵਾਲ ਖੜ੍ਹੇ ਹੋ ਜਾਂਦੇ ਆ ਜਿਨ੍ਹਾਂ ਦਾ ਜਵਾਬ ਉਸ ਫਲਸਫੇ ਵਿੱਚੋਂ ਨਹੀਂ ਲੱਭਦਾ, ਪੱਛਮੀ ਫਲਸਫੇ ਵਿੱਚੋਂ ਨਹੀਂ ਲੱਭਦਾ।
ਔਰ ਸਾਡੀ ਬਹੁਤ ਸਾਰੀ ਜਿਹੜੀ ਪੜ੍ਹੀ ਲਿਖੀ ਜਮਾਤ ਆ ਉਹ ਆਪਣੇ ਜਵਾਬ ਉਸ ਪੱਛਮੀ ਫਲਸਫੇ ਦੇ ਵਿੱਚੋਂ ਤਲਾਸ਼ਣ ਦੀ ਕੋਸ਼ਿਸ਼ ਕਰਦੀ ਆ, ਜਿਹਦਾ ਕਰਕੇ ਉਹਨਾਂ ਨੂੰ ਸਹੀ ਜਵਾਬ ਵੀ ਨਹੀਂ ਮਿਲਦੇ ਔਰ ਭਟਕਣ ਵੱਧਦੀ ਆ। ਉਹ ਮਹਿਬੂਬ ਸਾਹਿਬ ਨੇ ਪੱਛਮੀ ਦਰਸ਼ਨ ਨੂੰ ਬਹੁਤ ਨਿੱਠ ਕੇ ਸਮਝਿਆ ਔਰ ਉਹਦੇ ਨਾਲ ਪੈਦਾ ਹੋਣ ਵਾਲੇ ਰੋਗਾਂ ਨੂੰ ਸਮਝਿਆ ਅਤੇ ਹੋਰ ਜਿਹੜੇ ਉਹਦੇ ਨਾਲ ਉਤਪੰਨ ਹੋਣ ਵਾਲੇ ਸਵਾਲ ਆ ਉਹਨਾਂ ਦੇ ਜਵਾਬ ਸਾਨੂੰ ਜਿਹੜੇ ਉਹ ਦਿੱਤੇ ਹੋਏ ਨੇ। ਉਹ ਉਹਨਾਂ ਦਾ ਜਦੋਂ ਅਸੀਂ ਉਹਨਾਂ ਦੀ ਲਿਖਤਾਂ ਨੂੰ ਪੜ੍ਹਦੇ ਹਾਂ ਤਾਂ ਉਹ ਸਾਨੂੰ ਉਹ ਜਵਾਬ ਹੌਲੀ ਹੌਲੀ ਦਿਸਣੇ ਸ਼ੁਰੂ ਹੋ ਜਾਂਦੇ। ਤੀਸਰਾ ਜਿਹੜਾ ਨੁਕਤਾ ਆ ਉਹ ਹੈ ਕਿ ਮਹਿਬੂਬ ਸਾਹਿਬ ਗੁਰੂ ਬਿੰਬ ਨੂੰ ਸਿੱਖ ਸੁਰਤ ਵਿੱਚ ਸਲਾਮਤ ਕਰਨਾ ਚਾਹੁੰਦੇ, ਵੀ ਗੁਰੂ ਬਿੰਬ ਨੂੰ ਗਾਉਣ ਦੇ ਜਿਹੜੇ ਇਤਿਹਾਸਿਕ ਤੌਰ 'ਤੇ ਸਾਡੇ ਕੋਲ ਸਾਧਨ ਮੌਜੂਦ ਨੇ, ਜਿਵੇਂ ਇਤਿਹਾਸ ਗੁਰੂ ਬਿੰਬ ਦਾ ਵਰਣਨ ਕਰਦਾ ਆ, ਜਾਂ ਜਿਹੜਾ ਬਿਰਤੰਤਕ ਰੂਪ ਸਾਡੇ ਕੋਲ ਗੁਰੂ ਬਿੰਬ ਦਾ ਵਰਣਨ ਕਰਨ ਵਾਲੇ ਆ, ਉਹਨਾਂ ਦੇ ਕੁਝ ਉਹਨਾਂ ਦੀਆਂ ਸੀਮਾਵਾਂ ਆ, ਕੁਝ ਉਹਨਾਂ ਦੀਆਂ ਲਿਮਿਟੇਸ਼ਨਸ ਆ ਜਿਹੜੀਆਂ ਮਹਿਬੂਬ ਸਾਹਿਬ ਦੇ ਉੱਪਰ ਕਹਿ ਲਓ ਕਿ ਨਾਜ਼ਲ ਹੋਈਆਂ ਜਾਂ ਉਹਨਾਂ ਨੂੰ ਸਮਝ ਲੱਗੀਆਂ, ਉਹਨਾਂ ਨੇ ਫਿਰ ਗੁਰੂ ਬਿੰਬ ਦੀ ਸਲਾਮਤੀ ਦੇ ਲਈ ਇਹ ਮਹਾਂਕਾਵਿ ਰਚਿਆ। ਨਾਲ ਦੀ ਨਾਲ ਜਿਹੜਾ ਸਹਿਜੇ ਰਚੇ ਵਿੱਚ ਉਹਨਾਂ ਨੇ ਪਹਿਲਾਂ ਉਹ ਸਾਰਾ ਪ੍ਰਬੰਧ ਜਿਹੜਾ ਵਿਚਾਰ ਦੇ ਫਿਲੋਸਫੀ ਦੇ ਤੌਰ 'ਤੇ ਉਹ ਸਿਸਟਮਟਾਈਜ਼ ਕੀਤਾ। ਇੱਕ ਹੋਰ ਨੁਕਤਾ ਬੜਾ ਇੰਪੋਰਟੈਂਟ ਜਿਹੜਾ ਉਹਨਾਂ ਦੇ ਸੰਬੰਧੀ ਮੈਨੂੰ ਲੱਗਦਾ ਕਿ ਜਿਹੜਾ ਉਹਨਾਂ ਦਾ ਕਾਰਜ ਹੈ ਕਿ ਮਹਿਬੂਬ ਸਾਹਿਬ ਨੇ ਇਸਲਾਮ ਦਾ ਜਿਹੜਾ ਕੁੱਲ ਦੁਨੀਆ ਦੇ ਜਿਹੜਾ ਇਨਸਾਨੀ ਅਨੁਭਵ ਆ ਉਹਦੇ ਵਿੱਚ ਰੂਹਾਨੀ ਤੌਰ 'ਤੇ ਜੋ ਉਹਦਾ ਯੋਗਦਾਨ ਹੈ ਇਸਲਾਮ ਦਾ ਉਹਦਾ ਠੀਕ ਮੁਲਾਂਕਣ ਕੀਤਾ ਜਾਂ ਉਹਦਾ ਠੀਕ ਥਾਂ ਦਿੱਤੀ ਹੈ, ਉਹਦਾ ਮੁੱਲ ਪਾਇਆ ਕਿ ਇਸਲਾਮ ਦਾ ਕੀ ਯੋਗਦਾਨ ਆ ਇਨਸਾਨ ਦੇ ਰੂਹਾਨੀ ਅਨੁਭਵ ਦੇ ਵਿੱਚ। ਅਤੇ ਲਾਸਟ ਜਿਹੜਾ ਨੁਕਤਾ ਇੰਪੋਰਟੈਂਟ ਮੈਨੂੰ ਲੱਗਿਆ, ਬਹੁਤ ਸਾਰੇ ਮੈਂ ਛੱਡ ਵੀ ਰਿਹਾ ਕਿਉਂਕਿ ਆਪਣੇ ਲੈਕਚਰ ਨੂੰ ਆਪਾਂ ਵਾਇੰਡ ਅਪ ਵੀ ਕਰਨਾ, ਉਹ ਹੈ ਕਿ ਮਹਿਬੂਬ ਸਾਹਿਬ ਗੁਰਮਤ ਵਿਆਖਿਆ ਦੇ ਲਈ, ਗੁਰਬਾਣੀ ਦੀ ਵਿਆਖਿਆ ਦੇ ਲਈ ਕੁਝ ਸਿੱਧਾਂ ਮੁਹੱਈਆ ਕਰਦੇ। ਗੁਰਬਾਣੀ ਵਿਆਖਿਆ ਹੁਣ ਵੀ ਹੋ ਰਹੀ ਆ, ਪਹਿਲਾਂ ਤੋਂ ਹੁੰਦੀ ਆਈ ਹੈ, ਮਹਾਰਾਜ ਦੇ ਵੇਲੇ ਤੋਂ ਸ਼ੁਰੂ ਹੋਇਆ ਹੈ ਕਾਰਜ, ਸਮੇਂ ਸਮੇਂ 'ਤੇ 'ਚ ਤਬਦੀਲੀਆਂ ਵਾਪਰਦੀਆਂ ਰਹੀਆਂ। ਉਹਨਾਂ ਤਬਦੀਲੀਆਂ ਦੇ ਨਾਲ ਕਈ ਰਾਹ ਵੱਖਰੇ ਬਣ ਗਏ ਅਤੇ ਹੁਣ ਦੀ ਪੀੜ੍ਹੀ ਗੁਰੂ ਗ੍ਰੰਥ ਸਾਹਿਬ ਦੇ ਅਨੁਭਵ ਤੋਂ ਕਾਫ਼ੀ ਵਿੱਥ 'ਤੇ ਵਿਚਰਨਾ ਸ਼ੁਰੂ ਕਰ ਦਿੰਦੀ। ਤਾਂ ਉਹਨਾਂ ਨੇ ਗੁਰਬਾਣੀ ਵਿਆਖਿਆ ਦੇ ਲਈ ਕੁਝ ਸਿੱਧਾਂ ਸਾਨੂੰ ਦਿੱਤੀਆਂ ਨੇ, ਜੇ ਅਸੀਂ ਉਹਨਾਂ ਸਿੱਧਾਂ ਦੇ ਪਾਲਣਾ ਕਰੀਏ ਜਾਂ ਉਹਨਾਂ ਸਿੱਧਾਂ ਦੇ ਉੱਤੇ ਤੁਰਨ ਦੀ ਕੋਸ਼ਿਸ਼ ਕਰੀਏ ਤਾਂ ਬਹੁਤ ਜਲਦੀ ਗੁਰੂ ਨੇੜਤਾ ਵਿੱਚ ਅਸੀਂ ਵਿਚਰਨਾ ਸ਼ੁਰੂ ਕਰ ਦਿੰਦੇ ਹਾਂ। ਇਹਦੇ ਵਿੱਚ ਜਦੋਂ ਇਹ ਗੁਰਮਤਿ ਵਿਆਖਿਆ ਦਾ ਉਹਨਾਂ ਨੇ ਇਹ ਸਾਰਾ ਸਿਸਟਮ ਦੇ ਰਹੇ ਸੀ, ਇਹਦੇ ਵਿੱਚ ਉਹਨਾਂ ਨੇ ਵਿਪਰ ਸੰਸਕਾਰ ਦੀ ਸ਼ਨਾਖਤ ਕੀਤੀ। ਇਹ ਪੂਰੀ ਕਿਤਾਬ ਵੀ ਹੈ, ਇਹ ਵੀ ਪਸਾਰ ਮੈਂ ਅੱਜ ਜ਼ਿਆਦਾ ਨਹੀਂ ਛੋਵਾਂਗਾ ਕਿਉਂਕਿ ਜਿਹੜਾ ਵਿਪਰ ਸੰਸਕਾਰ ਆ ਇਹਦੀ ਮਾਰ ਤੋਂ ਸੁਚੇਤ ਕਰਨ ਲਈ ਉਹਨਾਂ ਦਾ ਬਹੁਤ ਯਤਨ ਸੀ, ਉਚੇਚੇ ਤੌਰ 'ਤੇ ਉਹ ਵਿਪਰ ਸੰਸਕਾਰ ਦੀ ਮਾਰ ਤੋਂ ਕੌਮ ਨੂੰ ਸੁਚੇਤ ਕਰਨਾ ਚਾਹੁੰਦੇ ਸੀ ਵੀ ਕਿਵੇਂ ਇਹ ਅਚੇਤ ਤੌਰ 'ਤੇ ਕਿਸੇ ਵੀ ਬੰਦੇ ਦੇ ਅੰਦਰ ਵੜ ਜਾਂਦਾ ਹੈ ਅਤੇ ਉਹਦੇ ਸੋਚਣ ਦੇ ਢੰਗ, ਰੱਬ ਨੂੰ ਮੰਨਣ ਦੇ ਢੰਗ ਉੱਪਰ ਵੀ ਆਪਣਾ ਗਲਬਾ ਪਾ ਲੈਂਦਾ, ਉਹ ਹਰ ਇੱਕ ਕਾਰਜ ਦੇ ਵਿੱਚ ਹਰ ਇੱਕ ਖਿਆਲ ਦੇ ਵਿੱਚ ਵੜ ਜਾਂਦਾ। ਸੋ ਇਸ ਤਰ੍ਹਾਂ ਮਹਿਬੂਬ ਸਾਹਿਬ ਨੇ ਜਿਹੜੀ ਪੰਥਕ ਪ੍ਰਤਿਭਾ ਆ, ਜਿਹੜੀ ਪੰਥਕ ਜੀਨੀਅਸ ਪੈਦਾ ਹੋਣੀ ਆ, ਉਹਦੇ ਲਈ ਇਹ ਸਾਰੇ ਰਾਹ ਬਣਾਏ ਨੇ। ਇਹਨਾਂ ਉੱਪਰ ਚੱਲ ਕੇ ਇਹ ਜੋ ਉਹਨਾਂ ਦੇ ਗ੍ਰੰਥ ਹਨ ਇਹਨਾਂ ਨੂੰ ਪੜ੍ਹ ਕੇ ਇੱਕ ਸਧਾਰਨ ਬੁੱਧੀ ਵਾਲਾ ਵਿਦਿਆਰਥੀ, ਇੱਕ ਪੰਥਕ ਜਜ਼ਬੇ ਵਾਲਾ ਵਿਦਵਾਨ ਬਣ ਸਕਦਾ। ਇਹ ਉਹਨਾਂ ਦੀ ਵਡਿਆਈ ਹੈ ਜਿਹੜੀ ਉਹਨਾਂ ਦੇ ਕੰਮ ਦੇ ਵਿੱਚੋਂ ਸਾਨੂੰ ਸਮਝ ਲੱਗਦੀ ਹੈ। ਸੋ ਇਹ ਕੁਝ ਗੱਲਾਂ ਨੇ ਮਹਿਬੂਬ ਸਾਹਿਬ ਨੂੰ ਜੋ ਇੰਟਰੋਡਿਊਸ ਕਰਾਉਣ ਲਈ ਮੈਂ ਜ਼ਰੂਰੀ ਸਮਝੀਆਂ, ਭਾਵੇਂ ਕਿ ਤੁਹਾਡੇ ਵਿੱਚੋਂ ਕਈਆਂ ਨਾਲ ਉਹਨਾਂ ਦਾ ਨਿੱਜੀ ਤੌਰ 'ਤੇ ਵਾਸਤਾ ਰਿਹਾ ਹੋਏਗਾ, ਉਹਨਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ ਹੋਏਗਾ, ਉਹਨਾਂ ਦੇ ਬਹੁਤ ਸਾਰੇ ਇਹਨਾਂ
ਸੰਕਲਪਾਂ ਤੋਂ ਇਹਨਾਂ ਚੀਜ਼ਾਂ ਤੋਂ ਜਾਣੂ ਹੋਵੋਗੇ ਆਪ ਜੀ। ਪਰ ਕਿਉਂਕਿ ਇਸ ਜੋ ਸਾਡੇ ਯਤਨ ਹੋ ਰਹੇ ਨੇ ਇਹਦੇ ਨਾਲ ਹੋਰ ਵੀ ਬਹੁਤ ਸਾਰੇ ਐਸੇ ਸਰੋਤੇ ਹਨ ਜਿਨ੍ਹਾਂ ਦੇ ਨਾਲ ਅਸੀਂ ਮੁਖਾਤਬ ਹੁੰਦੇ ਹਾਂ ਇੰਟਰਨੈੱਟ ਦੇ ਜ਼ਰੀਏ। ਤੋ ਇਸ ਕਰਕੇ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਇਹ ਕੁਝ ਇੱਕ ਗੱਲਾਂ ਸਰਲ ਰੂਪ ਵਿੱਚ, ਬਹੁਤ ਸਾਦਾ ਰੂਪ ਵਿੱਚ ਬਹਿਬੂਬ ਸਾਹਿਬ ਦੇ ਇਹਨਾਂ ਕੋਨਸੈਪਟਸ ਦੇ ਸੰਬੰਧੀ ਆਪਾਂ ਕਰ ਲਈਏ, ਤਾਂ ਕਿ ਜਿਹੜੇ ਨਵੇਂ ਵਿਦਿਆਰਥੀ ਮਹਿਬੂਬ ਸਾਹਿਬ ਨੂੰ ਪੜ੍ਹਨਾ ਸ਼ੁਰੂ ਕਰਨਗੇ ਉਹਨਾਂ ਨੂੰ ਥੋੜ੍ਹੀ ਜਿਹੀ ਸੌਖ ਹੋ ਜਾਵੇ। ਸੋ ਮਹਿਬੂਬ ਸਾਹਿਬ ਨੇ ਜਦੋਂ ਇਹ ਸਾਰਾ ਆਪਣਾ ਕਾਰਜ ਆਰੰਭਿਆ ਤਾਂ ਉਹਨਾਂ ਨੇ ਲਗਭਗ 4000 ਸਾਲ ਦਾ ਇਤਿਹਾਸ ਵਾਚਿਆ। ਉਸ 4000 ਸਾਲ ਦੇ ਇਤਿਹਾਸ ਵਿੱਚ ਕੋਈ ਵੀ ਲਤੀਫ ਖਿਆਲ, ਕੋਈ ਵੀ ਉੱਚਾ ਖਿਆਲ, ਕੋਈ ਵੀ ਕੀਮਤੀ ਗੱਲ ਧਰਤੀ ਦੇ ਕਿਸੇ ਵੀ ਕੋਨੇ ਵਿੱਚ ਪੈਦਾ ਹੋਈ ਹੈ ਉਹਦਾ ਉਹਨਾਂ ਨੇ ਨੋਟਿਸ ਲਿਆ। 4000 ਸਾਲਾਂ ਦੇ ਇਤਿਹਾਸ ਵਿੱਚ ਰੂਹਾਨੀ ਤੌਰ 'ਤੇ ਜੋ ਵੀ ਬਖਸ਼ਿਸ਼ਾਂ ਇਸ ਧਰਤੀ ਦੇ ਇਨਸਾਨਾਂ ਨੂੰ ਹੋਈਆਂ ਨੇ, ਚਾਹੇ ਉਹ ਚੀਨ ਦੇ ਵਿੱਚ ਹੋਈਆਂ ਨੇ, ਚਾਹੇ ਉਹ ਈਰਾਨ ਦੇ ਵਿੱਚ ਹੋਈਆਂ ਨੇ, ਬਗਦਾਦ ਦੇ ਵਿੱਚ ਹੋਈਆਂ ਨੇ, ਕਾਬਾ ਦੇ ਵਿੱਚ ਹੋਈਆਂ ਨੇ, ਕਿਸੇ ਵੀ ਖਿੱਤੇ ਵਿੱਚ ਹੋਈਆਂ ਨੇ, ਚਾਹੇ ਉਹ ਇਸਲਾਮ ਨਾਲ ਸੰਬੰਧ ਹੈ, ਚਾਹੇ ਉਹਦਾ ਬੁੱਧ ਧਰਮ ਨਾਲ ਸੰਬੰਧ ਹੈ, ਹਿੰਦੂ ਧਰਮ ਨਾਲ ਸੰਬੰਧ ਹੈ, ਹਰ ਇੱਕ ਉਸ ਉੱਚੇ ਖਿਆਲ ਤੋਂ ਮਹਿਬੂਬ ਸਾਹਿਬ ਵਾਕਫ ਨੇ। ਔਰ ਇਹਨਾਂ ਸਾਰਿਆਂ ਖਿਆਲਾਂ ਨੂੰ ਉਹ ਇੱਕ ਸਿਸਟਮ ਵਿੱਚ ਬੰਨ ਦਿੰਦੇ ਨੇ। ਇੱਕ ਮਹਿਬੂਬ ਸਾਹਿਬ ਦੇ ਰਾਹ ਨਾਲ ਸਹਿਮਤੀ ਨਾ ਰੱਖਣ ਵਾਲਾ ਵਿਦਵਾਨ, ਉਹਨਾਂ ਦੀ ਸਹਿਮਤੀ ਨਹੀਂ ਮਹਿਬੂਬ ਸਾਹਿਬ ਨਾਲ, ਕਿਸੇ ਸਮੇਂ ਉਹਨਾਂ ਦੀ ਮੁਹੱਬਤ ਰਹੀ, ਬਾਅਦ 'ਚ ਉਹਨਾਂ ਨੇ ਵੱਖਰਾ ਰਾਹ ਬਣਾ ਲਿਆ, ਲਗਭਗ ਵਿਰੋਧ ਵਾਲਾ ਹੀ ਰਾਹ ਬਣਾ ਲਿਆ, ਪਰ ਉਹਨਾਂ ਦਾ ਇੱਕ ਕਮੈਂਟ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਉਹ ਕਹਿੰਦੇ ਕਿ ਮਹਿਬੂਬ ਸਾਹਿਬ ਦੇ ਸਾਹਮਣੇ ਜੇ 1 ਕਰੋੜ ਚੀਜ਼ਾਂ ਖਿਲਾਰ ਦਿੱਤੀਆਂ ਜਾਣ ਤਾਂ ਉਹ 1 ਕਰੋੜ ਚੀਜ਼ਾਂ ਨੂੰ ਵੀ ਸਿਸਟਮ ਵਿੱਚ ਬੰਨ ਸਕਦੇ ਸੀ। ਇੰਨੀ ਉਹਨਾਂ ਦੀ ਸਮਰੱਥਾ ਸੀ, ਬੌਧਿਕ ਸਮਰੱਥਾ ਸੀ ਕਿ ਉਹ ਛੋਟੀਆਂ ਛੋਟੀਆਂ ਚੀਜ਼ਾਂ ਨੂੰ, ਜਿਵੇਂ ਇਹ ਕਮਰਾ ਬਣਿਆ, ਰੇਤ ਦੇ ਕਿਣਕੇ, ਮਿੱਟੀ ਦੇ ਕਿਣਕੇ, ਉਹ ਇੱਕ ਸਿਸਟਮ ਵਿੱਚ ਬੱਝ ਗਏ। ਛੋਟੀਆਂ ਛੋਟੇ ਬਲੋਕਸ, ਇੱਟਾਂ ਬਣੀਆਂ ਅਤੇ ਇਹ ਵੱਡਾ ਇੱਕ ਕਮਰਾ ਬਣ ਗਿਆ। ਜਿਵੇਂ ਅਸੀਂ ਉਹਨੂੰ ਸਿਸਟਮ ਵਿੱਚ ਬੰਨ ਕੇ ਅੱਜ ਉਹਦੇ ਤੋਂ ਕੋਈ ਲਾਭ ਲੈ ਰਹੇ ਹਾਂ, ਇਵੇਂ ਮਹਿਬੂਬ ਸਾਹਿਬ ਨੇ ਧਰਤੀ ਦੇ ਉੱਤੇ ਪੈਦਾ ਹੋਈ ਹਰ ਇੱਕ ਉੱਚੀ ਸੁੱਚੀ ਚੀਜ਼ ਨੂੰ ਸਿਸਟਮ ਵਿੱਚ ਬੰਨ ਦਿੱਤਾ ਹੈ। ਉਹਦੇ ਰਾਹੀਂ ਅਸੀਂ ਦੁਨੀਆ ਦੀਆਂ ਉੱਚੀਆਂ ਪ੍ਰਤਿਭਾ, ਮਹਿਬੂਬ ਸਾਹਿਬ ਦਾ ਨਿੱਜੀ ਤੌਰ 'ਤੇ ਪਲੈਟੋ 'ਤੇ ਕਮੈਂਟ ਪੜ੍ਹੋ, ਹੀਗਲ 'ਤੇ ਕਮੈਂਟ ਪੜ੍ਹੋ, ਮੁਹੰਮਦ ਇਕਬਾਲ 'ਤੇ ਕਮੈਂਟ ਪੜ੍ਹੋ, ਅਤੇ ਮੁਹੰਮਦ ਸਾਹਿਬ ਦੀ ਜਿਹੜੀ ਸਾਰੀ ਜੀਵਨੀ ਹੈ ਉਹਦੇ ਸੰਬੰਧੀ ਉਹਨਾਂ ਦੇ ਕਮੈਂਟਸ ਪੜ੍ਹੋ, ਜਿਵੇਂ ਉਹਨਾਂ ਨੇ ਖਾਲਸ ਕੁਦਰਤ ਅਤੇ ਅਕਾਲ ਫਤਿਹ ਦੇ ਰਾਹੀਂ ਇਹਨਾਂ ਵੱਡੀਆਂ ਚੀਜ਼ਾਂ ਨੂੰ ਨਾਪਿਆ ਤੋਲਿਆ ਹੈ, ਉਹ ਸਾਰੀਆਂ ਚੀਜ਼ਾਂ ਦਾ ਮੁੱਲ ਪਾ ਦਿੰਦੇ ਨੇ ਔਰ ਹਰ ਇੱਕ ਚੀਜ਼ ਦੀ ਲਿਮਿਟੇਸ਼ਨ ਵੀ ਵਿਖਾ ਦਿੰਦੇ ਨੇ ਕਿ ਇਸ ਤੋਂ ਅੱਗੇ ਇਹ ਚੀਜ਼ ਨਹੀਂ ਜਾ ਸਕਦੀ, ਇਸ ਤੋਂ ਅੱਗੇ ਫਿਰ ਹੋਰ ਜਿਹੜਾ ਦੈਵੀ ਨਿਯਮ ਹੈ ਉਹਦਾ ਰਾਹ ਵੀ ਵਿਖਾ ਦਿੰਦੇ ਨੇ। ਸੋ ਜਿਹੜਾ ਉਹ 4000 ਸਾਲ ਦਾ ਉਹਨਾਂ ਨੇ ਅਧਿਐਨ ਕੀਤਾ ਪੁਰਾਤਨ ਚੀਨ ਦੇ ਵਿੱਚ, ਜਿੰਨੇ ਵੀ ਵੱਡੇ ਵਿਦਵਾਨ, ਚਾਹੇ ਉਹ ਤਾਓਇਜ਼ਮ ਦੇ ਰੂਪ ਵਿੱਚ ਨੇ, ਚਾਹੇ ਉਹ ਕਨਫਿਊਸ਼ੀਅਸ ਦਾ ਦਰਸ਼ਨ ਹੈ, ਚਾਹੇ ਹੁਣ ਤੱਕ ਦੀਆਂ ਜਿਹੜੀਆਂ ਚੀਨ ਦੇ ਵਿੱਚ ਡਿਵੈਲਪਮੈਂਟਸ ਹੋਈਆਂ ਨੇ ਉਹਦੇ ਸੰਬੰਧੀ ਉਹਨਾਂ ਦੇ ਬਹੁਤ ਖੂਬਸੂਰਤ ਕਮੈਂਟਸ ਨੇ, ਜਿਨ੍ਹਾਂ ਨੂੰ ਉਹ ਆਪਣੇ ਗੁਰੂ ਘਰ ਦੇ ਪ੍ਰਤੀ ਬਣਾਏ ਹੋਏ ਜਿਹੜੇ ਦਾਰਸ਼ਨਿਕ ਸਿਸਟਮ ਆ ਉਹਦੇ ਨਾਲ ਉਹ ਜੋੜ ਕੇ ਪੇਸ਼ ਕਰਦੇ ਨੇ। ਜਿਹੜਾ ਮਹਿਬੂਬ ਸਾਹਿਬ ਨੇ ਵਿਸ਼ਵ ਫਲਸਫੇ ਦਾ ਅਧਿਐਨ ਕੀਤਾ ਹੈ, ਵਿਸ਼ਵ ਫਲਸਫੇ ਦੇ ਵਿੱਚ ਜਿਹੜਾ ਤਰਕ ਹੈ ਉਸਨੇ ਕਿਵੇਂ ਮਨੁੱਖ ਨੂੰ ਰੂਹਾਨੀ ਤੌਰ 'ਤੇ ਸੱਖਣਾ ਕੀਤਾ ਆ, ਇਹਦੀ ਸਭ ਤੋਂ ਖੂਬਸੂਰਤ ਪਛਾਣ ਮਹਿਬੂਬ ਸਾਹਿਬ ਨੇ ਕੀਤੀ ਹੈ। ਜਦੋਂ ਸਮਾਂ ਮਿਲਦਾ ਸੀ ਉਹਨਾਂ ਦੇ ਦਰਸ਼ਨ ਕਰਨ ਦਾ, ਮੈਂ
ਜਿੰਨੀ ਕੁ ਵਾਰੀ ਹੋ ਸਕੇ ਕੀਤੇ ਆ, ਅਤੇ ਉਹ ਆਪਣੇ ਕਿਤਾਬਾਂ ਵਾਲੇ ਕਮਰੇ 'ਚ ਲੈ ਕੇ ਗਏ ਅਤੇ ਉਹ ਕਾਫੀ ਟਰੰਕਾਂ ਦੇ ਵਿੱਚ ਉਹ ਕਿਤਾਬਾਂ ਪਈਆਂ ਹੋਈਆਂ ਸੀ। ਅਤੇ ਫਿਰ ਉਹ ਦੱਸਦੇ ਸੀ ਇਸ ਟਰੰਕ ਦੇ ਵਿੱਚ ਗ੍ਰੀਕ ਟ੍ਰੈਜਡੀ ਹੈ, ਜਿੰਨੀ ਵੀ ਗ੍ਰੀਕ ਟ੍ਰੈਜਡੀ ਸਾਰੀ ਉਹ ਇੱਕ ਟਰੰਕ ਵਿੱਚ ਪਈ ਹੋਈ ਹੈ। ਇਹਦੇ ਵਿੱਚ ਵੈਸਟਰਨ ਫਿਲਾਸਫੀ ਹੈ, ਇਹਦੇ ਵਿੱਚ ਵੈਸਟ ਦਾ ਜਿਹੜਾ ਉੱਚਾ ਸਾਹਿਤ ਹੈ, ਚਾਹੇ ਉਹ ਜਿਵੇਂ ਭਾਈ ਸਾਹਿਬ ਦੱਸ ਰਹੇ ਸੀਗੇ ਕਿ ਹਾਰਡੀ ਹੈ, ਦੋਸਤੋਵਸਕੀ ਹੈ, ਟੋਲਸਟਾਏ ਹੈ, ਗੋਰਕੀ ਹੈ, ਈਵਨ ਕਿ ਇੱਕ ਸੱਜਣ ਨੇ ਇਹ ਵੀ ਦੱਸਿਆ ਕਿ ਮਹਿਬੂਬ ਸਾਹਿਬ ਨੂੰ ਪੜ੍ਹਨ ਦਾ ਇੰਨਾ ਸ਼ੌਕ ਸੀ ਕਿ ਉਹ ਜਿਹੜੀਆਂ ਬੱਚਿਆਂ ਵਾਲੀਆਂ, ਬੱਚਿਆਂ ਵਾਸਤੇ ਲਿਖੀਆਂ ਹੋਈਆਂ ਛੋਟੀਆਂ ਛੋਟੀਆਂ ਕਾਇਦੇ ਦੇ ਰੂਪ ਵਿੱਚ ਕਿਤਾਬਾਂ ਹੁੰਦੀਆਂ, ਪਾਰਾ ਕਿਵੇਂ ਬਣਦਾ ਹੈ, ਸੋਨਾ ਕਿਵੇਂ ਸਾਫ਼ ਕਰੀਦਾ, ਇਹ ਵੀ ਪੜ੍ਹਦੇ ਰਹਿੰਦੇ ਸਨ। ਉਹ ਸਵੇਰ ਤੋਂ ਉੱਠ ਕੇ ਸ਼ਾਮ ਤੱਕ ਪੜ੍ਹਦੇ ਹੀ ਰਹਿੰਦੇ ਸਨ। ਉਹਨਾਂ ਨੇ ਇਹ ਸਾਰਾ ਅਧਿਐਨ ਕੀਤਾ। ਇਹ ਅਧਿਐਨ ਕਰਦਿਆਂ ਹੋਇਆਂ ਉਹਨਾਂ ਨੇ ਇਹਨਾਂ ਜਿਹੜੀਆਂ ਵੈਸਟਰਨ ਫਿਲਾਸਫੀ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਵੈਸਟ ਨੇ, ਉਹਨਾਂ ਬੰਦਿਆਂ ਨੂੰ ਪਛਾਣਿਆ, ਪਲੈਟੋ, ਸੁਕਰਾਤ, ਹੀਗਲ, ਕਾਂਟ, ਇਹਨਾਂ ਬੰਦਿਆਂ ਦੇ ਉੱਤੇ ਉਹਨਾਂ ਦੇ ਬਹੁਤ ਖੂਬਸੂਰਤ ਕਮੈਂਟਸ ਨੇ। ਮੈਂ ਉਹ ਸਾਰੇ ਕਮੈਂਟਸ ਇੱਥੇ ਨਹੀਂ ਦੁਹਰਾਵਾਂ ਕਿਉਂਕਿ ਉਹ ਤਾਂ ਉਹਨਾਂ ਦੇ ਪੁਸਤਕ 'ਚ ਲਿਖੇ ਹੀ ਹੋਏ ਨੇ। ਹੁਣ ਉਹਦੇ ਨਾਲ ਕੀ ਲਾਭ ਹੁੰਦਾ ਆ ਜਦੋਂ ਕੋਈ ਮੇਰੇ ਵਰਗਾ ਨਵਾਂ ਪੜ੍ਹਨ ਵਾਲਾ ਸਟੂਡੈਂਟ ਮਹਿਬੂਬ ਸਾਹਿਬ ਦੇ ਰਾਹੀਂ ਵੈਸਟਰਨ ਫਿਲੋਸਫੀ ਨਾਲ ਜੁੜਦਾ ਆ, ਤਾਂ ਉਹਨਾਂ ਦਾ ਸਾਰਾ ਪੜ੍ਹਿਆ ਹੋਇਆ ਅਨੁਭਵ ਉਹਨੂੰ ਪ੍ਰਾਪਤ ਹੋ ਜਾਂਦਾ, ਉਹਨੂੰ ਦੁਬਾਰਾ ਦੁਬਾਰਾ ਉਹ ਸਾਰਾ ਕੁਝ ਨਿਚੋੜਨਾ ਨਹੀਂ ਪਏਗਾ। ਉਹ ਇੱਕ ਰੀਡਿੰਗ ਕਰੇਗਾ ਅਤੇ ਮਹਿਬੂਬ ਸਾਹਿਬ ਦੇ ਦੱਸੇ ਹੋਏ ਜਿਹੜੇ ਸਿਧਾਂਤ ਨੇ ਉਹ ਜਦੋਂ ਉਹਦੇ ਸਾਹਮਣੇ ਰੋਸ਼ਨ ਹੋਣਗੇ ਤਾਂ ਉਸ ਨੂੰ ਵੈਸਟਰਨ ਫਿਲੋਸਫੀ ਵੀ ਠੀਕ ਸਮਝ ਲੱਗ ਜਾਏਗੀ ਅਤੇ ਉਹਦੀ ਜਿਹੜੀ ਊਣਤਾਈ ਹੈ ਉਹ ਵੀ ਠੀਕ ਸਮਝ ਲੱਗ ਜਾਏਗੀ। ਮਹਿਬੂਬ ਸਾਹਿਬ ਬੇਨਿਆਈ ਨਹੀਂ ਕਿਸੇ ਨਾਲ ਵੀ ਕਰਦੇ। ਜਿਹੜਾ ਉਸ ਜਿਹੜੀ ਵਿਅਕਤੀਗਤ ਪ੍ਰਤਿਭਾ ਆ, ਚਾਹੇ ਉਹ ਪਲੈਟੋ ਦੀ ਹੈ ਚਾਹੇ ਉਹ ਕਾਂਟ ਦੀ ਹੈ, ਉਹਨੇ ਜੋ ਯੋਗਦਾਨ ਦਿੱਤਾ ਆ ਮਨੁੱਖ ਦੀ ਸੁਰਤ ਨੂੰ ਉੱਚੇ ਲੈਵਲ 'ਤੇ, ਜਿਹਨੂੰ ਉੱਚੀ ਸੁਰਤ ਕਹਿੰਦੇ ਆ, ਉੱਚੀ ਸੁਰਤ ਦਾ ਜਿੰਨਾ ਝਲਕਾ ਕਿਸੇ ਪ੍ਰਤਿਭਾ ਨੂੰ ਵੱਜਾ ਅਤੇ ਉਹਨੂੰ ਜਿਵੇਂ ਉਹਨੇ ਆਪਣੇ ਸਿਸਟਮ ਵਿੱਚ ਢਾਲਿਆ ਉਹਦੀ ਠੀਕ ਪਛਾਣ ਕਰਕੇ ਉਹਦੇ 'ਤੇ ਆਪਣਾ ਕਮੈਂਟ ਦਿੰਦੇ ਨੇ। ਕਾਂਟ ਬਾਰੇ ਉਹ ਕਹਿੰਦੇ ਕਿ ਕਾਂਟ ਨੇ ਤਰਕ ਨੂੰ ਸ਼ੁੱਧ ਕੀਤਾ ਤਾਂ ਕਿ ਤਰਕ ਨਿਰਾਕਾਰਤਾ ਵਿੱਚ ਭਟਕਣ ਤੋਂ ਬਚ ਜਾਵੇ। ਇਹਦੇ ਸੰਬੰਧੀ ਆਪਾਂ ਅੱਗੇ ਹੋਰ ਉਹਨਾਂ ਦਾ ਜਿਹੜਾ ਵਿਜਈ ਤਰਕ ਆ ਉਹਦੇ ਹਵਾਲੇ ਨਾਲ ਥੋੜ੍ਹੀ ਜਿਹੀ ਗੱਲ ਕਰਾਂਗੇ। ਇਵੇਂ ਹੀ ਉਹਨਾਂ ਨੇ ਹੀਗਲ ਦੇ ਉੱਤੇ ਕਮੈਂਟ ਦਿੱਤਾ, ਨੀਟਸ਼ੇ 'ਤੇ ਕਮੈਂਟ ਦਿੱਤਾ ਕਿ ਇਹਨਾਂ ਬੰਦਿਆਂ ਨੇ ਵੈਸਟਰਨ ਫਿਲੋਸਫੀ ਦੇ ਉੱਚੇ ਰੂਪ ਨੂੰ ਹੰਢਾਉਂਦਿਆਂ ਹੋਇਆਂ ਆਪਣੀ ਪ੍ਰਤਿਭਾ ਦੇ ਉੱਤੇ ਕੁਝ ਐਸੇ ਰੋਗ ਲਾ ਲਏ ਜਿਹੜੇ ਰੋਗ ਉਹਨਾਂ ਦੀ ਮੌਤ ਦਾ ਕਾਰਨ ਬਣੇ। ਜਿਵੇਂ ਨੀਟਸ਼ੇ ਵਰਗੇ ਬੰਦੇ ਆ ਉਹ ਸੁਸਾਈਡ ਕਰਨ ਵੱਲ ਜਾਂਦੇ ਆ ਅਤੇ ਮਹਿਬੂਬ ਸਾਹਿਬ ਇਹਦੀ ਪਛਾਣ ਕਰਦੇ ਆ। ਹਲਕੀ ਹਲਕੀ ਸੂਖਮ ਸੂਖਮ ਗੱਲਾਂ ਤੁਹਾਨੂੰ ਉੱਥੋਂ ਮਹਿਸੂਸ ਹੁੰਦੀਆਂ ਕਿ ਉਹਨਾਂ ਉਸ ਰਾਹ 'ਤੇ ਚੱਲਣ ਦਾ ਅੰਤ ਇਹੀ ਹੋਣਾ ਸੀ। ਉਹ ਕਿਸੇ ਵਿਸਮਾਦ ਦਾ ਝਲਕਾ ਨਹੀਂ ਦੇ ਸਕੇ, ਉਹ ਵਿਸਮਾਦ ਉਹਨਾਂ ਦੀ ਜ਼ਿੰਦਗੀ ਵਿੱਚੋਂ ਸਾਨੂੰ ਪ੍ਰਾਪਤ ਨਹੀਂ ਹੁੰਦਾ। ਉਹਦੀ ਵਜ੍ਹਾ ਇਹ ਹੈ ਕਿ ਜਿਹੜੇ ਵੈਸਟਰਨ ਫਿਲੋਸਫੀ ਦੇ ਰੋਗ ਆ ਉਹ ਉਹਨਾਂ ਦੀ ਪ੍ਰਤਿਭਾ ਉੱਪਰ ਪ੍ਰਗਟ ਹੋ ਰਹੇ ਆ, ਜਿਹਦੇ ਕਰਕੇ ਉਹ ਖੁਦ ਵੀ ਸੁਸਾਈਡ ਵੱਲ ਜਾ ਰਹੇ। ਇਹ ਸੀ ਕੁਝ ਗੱਲਾਂ ਜਿਹੜੀਆਂ ਵੈਸਟਰਨ ਫਿਲੋਸਫੀ ਨੂੰ ਪੜ੍ਹਦਿਆਂ ਹੋਇਆਂ, ਜਾਂ ਕਹਿ ਲਓ ਕਿ ਕੁਝ ਐਸੀਆਂ ਸੇਧਾਂ ਨੇ, ਕੁਝ ਐਸੇ ਇਸ਼ਾਰੇ ਨੇ ਜਿਨ੍ਹਾਂ ਨੂੰ ਫੜ ਕੇ ਜਿਹੜੇ ਵੈਸਟਰਨ ਫਿਲੋਸਫੀ ਨੂੰ ਸਮਝਣ ਦੇ ਲਈ ਤੁਰੇ ਹੋਏ ਵਿਦਿਆਰਥੀ ਨੇ ਉਹਨਾਂ ਉਹ ਉਹਨਾਂ ਦੇ ਲਈ ਇਹ ਇਸ਼ਾਰੇ ਬਹੁਤ ਮਦਦਗਾਰ ਹੋ ਸਕਦੇ ਨੇ। ਔਰ ਉਹ ਵੈਸਟਰਨ ਫਿਲੋਸਫੀ ਨੂੰ ਪੜ੍ਹ ਕੇ ਜਦੋਂ ਉਹਨਾਂ ਨੇ ਗੁਰਮਤ ਵਿਆਖਿਆ ਵਾਲੇ ਪਾਸੇ ਆਉਣਾ ਆ ਜਾਂ ਗੁਰਮਤ ਕੋਲੋਂ ਅਗਵਾਈ ਪ੍ਰਾਪਤ ਕਰਨੀ ਹੈ ਉਸ ਗਿਆਨ ਦੀ ਰੋਸ਼ਨੀ ਵਿੱਚ, ਉਸ ਗਿਆਨ ਦੇ ਨਾਲ ਚੱਲਦਿਆਂ ਹੋਇਆਂ, ਤਾਂ ਉਹਨਾਂ ਨੂੰ ਭਟਕਣ ਤੋਂ ਬਚਾਉਣ ਲਈ ਇਹ ਇਸ਼ਾਰੇ ਸਹਾਈ ਹੋਣਗੇ।
ਹੁਣ ਕੁਝ ਇੱਕ ਕੋਨਸੈਪਟ ਨੇ ਮਹਿਬੂਬ ਸਾਹਿਬ ਦੇ ਜਿਹੜੇ, ਜਿਵੇਂ ਖਾਲਸ ਕੁਦਰਤ ਹੈ, ਖਾਲਸ ਕੁਦਰਤ ਅਤੇ ਅਕਾਲ ਫਤਿਹ ਦੋ ਐਸੇ ਕੋਨਸੈਪਟ ਨੇ, ਅਗਰ ਇਹਨਾਂ ਦੀ ਸਾਨੂੰ ਥੋੜ੍ਹੀ ਥੋੜ੍ਹੀ ਸਮਝ ਲੱਗ ਜਾਵੇ ਤਾਂ ਮਹਿਬੂਬ ਸਾਹਿਬ ਦਾ ਜਿਹੜਾ ਵੱਡਾ ਸਿਸਟਮ ਆ ਉਹਦੀ ਸਾਨੂੰ ਕਾਫੀ ਸਮਝ ਲੱਗ ਜਾਂਦੀ ਹੈ। ਜਿਵੇਂ ਮਾਰਕਸ ਦਾ ਸਿਸਟਮ ਬਹੁਤ ਬਰੀਕ, ਬਹੁਤ ਸੂਖਮ ਸਿਸਟਮ ਹੈ, ਤਿੰਨ ਵੋਲੀਅਮ ਵਿੱਚ ਉਹ ਛਪਦਾ 10 ਕੈਪੀਟਲ, ਅਤੇ ਉਹਦੇ ਵਿੱਚੋਂ ਕੁਝ ਇੱਕ ਕੋਨਸੈਪਟ ਜਿਹੜੇ ਜਨਰਲਾਈਜ਼ ਹੋਏ ਜਿਨ੍ਹਾਂ ਨਾਲ ਲੋਕਾਂ ਨੂੰ ਛੇਤੀ ਮਾਰਕਸ ਸਮਝ ਆਉਂਦਾ ਉਹ ਹੈਗੇ ਆ ਕਮੋਡਿਟੀ, ਸਰਪਲਸ ਵੈਲਿਊ ਜਾਂ ਕੁਝ ਹੋਰ ਇਸ ਤਰ੍ਹਾਂ ਦੇ, ਕਮਿਊਨਿਜ਼ਮ। ਇਹ ਜਦੋਂ ਇਹਨਾਂ ਕੋਨਸੈਪਟਸ ਨੂੰ ਸਮਝ ਲੈਂਦਾ ਬੰਦਾ ਤਾਂ ਉਹਦੇ ਲਈ ਮਾਰਕਸ ਸਰਲ ਹੋ ਜਾਂਦਾ ਕਿ ਕਿਵੇਂ ਜਿਹੜੇ ਸਰਮਾਏਦਾਰ ਆ ਉਹ ਆਮ ਬੰਦੇ ਦੀ ਕਮੋਡਿਟੀ ਦੇ ਰਾਹੀਂ ਆਮ ਬੰਦੇ ਦੀ ਜੇਬ 'ਚੋਂ ਪੈਸੇ ਕੱਢ ਲੈਂਦੇ। ਇਸ ਤਰ੍ਹਾਂ ਵੱਡੇ ਜਿਹੜੇ ਥਿੰਕਰ ਹੁੰਦੇ ਆ ਉਹ ਆਪਣੇ ਅਨੁਭਵ ਨੂੰ ਕਿਸੇ ਦਾਰਸ਼ਨਿਕ ਟਰਮ ਦੇ ਵਿੱਚ ਢਾਲ ਦਿੰਦੇ ਆ। ਮਹਿਬੂਬ ਸਾਹਿਬ ਨੇ ਇਹ ਜਿਹੜੀਆਂ ਟਰਮਸ ਪੈਦਾ ਕੀਤੀਆਂ ਇਹਦੇ ਲਈ ਉਹਨਾਂ ਨੇ ਦਾਰਸ਼ਨਿਕ ਕਾਵਿਕ ਇਸਤਲਾਹਾਂ ਸ਼ਬਦ ਵਰਤਿਆ। ਅੱਜ ਕੱਲ੍ਹ ਜਿਹੜੇ ਸਾਡੇ ਯੂਨੀਵਰਸਿਟੀ ਵਿਦਿਆਰਥੀ ਪੜ੍ਹਦੇ ਆ ਉਹ ਇਹਨੂੰ ਕਹਿ ਦਿੰਦੇ ਸੰਕਲਪਕ ਸ਼ਬਦਾਵਲੀ, ਅਤੇ ਅੰਗਰੇਜ਼ੀ ਵਾਲੇ ਕਹਿ ਦਿੰਦੇ ਆ ਇਹਨਾਂ ਨੂੰ ਕੰਸੈਪਚੁਅਲ ਟਰਮੀਨੋਲੋਜੀ ਜਾਂ ਇਸ ਤਰ੍ਹਾਂ ਦਾ ਕੁਛ ਹੋਰ ਹੋ ਸਕਦਾ। ਤੋ ਇਹ ਕੁਝ ਐਸੇ ਸੂਤਰ ਹੁੰਦੇ ਆ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਆਪਣੇ ਵਿਸ਼ਾਲ ਅਨੁਭਵ ਨੂੰ ਸੂਖਮ ਕਰਦਿਆਂ ਹੋਇਆਂ, ਸੰਘਣਾ ਕਰਦਿਆਂ ਹੋਇਆਂ ਭਰ ਦਿੱਤਾ ਹੁੰਦਾ। ਜਿਵੇਂ ਦੁੱਧ ਦੀ ਵੱਡੀ ਮਾਤਰਾ ਤੋਂ ਆਪਾਂ ਖੋਆ ਬਣਾ ਲੈਂਦੇ ਹਾਂ, ਬਰਫੀ ਬਣਾ ਲੈਂਦੇ ਹਾਂ, ਉਹ ਵੱਡੀ ਮਾਤਰਾ ਜਿਹੜੀ ਆ ਉਹਦੇ ਗੁਣ ਜਿਹੜੇ ਆ ਜਾਂ ਘਿਓ ਦੇ ਵਿੱਚ ਉਹ ਵੱਡੀ ਮਾਤਰਾ ਦੇ ਗੁਣ ਥੋੜ੍ਹੀ ਚੀਜ਼ ਵਿੱਚ ਆ ਜਾਂਦੇ। ਇਸ ਤਰ੍ਹਾਂ ਇਹ ਦਾਰਸ਼ਨਿਕ ਜਿਹੜੇ ਸੰਕਲਪ ਹੁੰਦੇ ਆ ਜਾਂ ਜਿਹੜੀਆਂ ਇਹ ਟਰਮੀਨੋਲੋਜੀਜ਼ ਹੁੰਦੀਆਂ ਇਹ ਉਸ ਵੱਡੇ ਅਨੁਭਵ ਨੂੰ ਸੂਖਮ ਕਰਨ ਲਈ, ਸੂਤਰਿਕ ਕਰਨ ਲਈ ਬਣੀਆਂ ਹੁੰਦੀਆਂ। ਔਰ ਜਿਹੜੀ ਇਹ ਖਾਲਸ ਕੁਦਰਤ ਅਤੇ ਅਕਾਲ ਫਤਿਹ ਦੋ ਟਰਮਸ ਹਨ, ਇਹ ਜਿੱਥੇ ਉਹਨਾਂ ਦੇ ਵੱਡੇ ਅਨੁਭਵ ਨੂੰ ਸੂਖਮ ਕਰਦੀਆਂ ਨਾਲ ਦੀ ਨਾਲ ਇਹ ਇੱਕ ਪੈਮਾਨਾ ਵੀ ਹਨ। ਪੈਮਾਨਾ ਕਹਿ ਲਓ ਜਾਂ ਉਹ ਵੱਟਾ ਕਹਿ ਲਓ ਜਿਹਦੇ ਨਾਲ ਉਹ ਪੈਗੰਬਰਾਂ ਨੂੰ ਤੋਲਦੇ ਆ, ਅਤੇ ਪੈਗੰਬਰਾਂ ਨੂੰ ਤੋਲਦਿਆਂ ਹੋਇਆਂ ਉਹ ਗੁਰੂ ਸਾਹਿਬ ਦੇ ਜੀਵਨ ਉੱਪਰ ਵੀ ਇਹਨਾਂ ਨੂੰ ਟਿਕਾਉਂਦੇ ਆ ਔਰ ਉੱਥੇ ਦਿਖਾਉਂਦੇ ਆ ਕਿ ਦੇਖੋ ਇੱਥੇ ਖਾਲਸ ਕੁਦਰਤ ਦੀ ਕਿੰਨੀ ਵੱਧ ਮਾਤਰਾ ਹੈ, ਦੇਖੋ ਇੱਥੇ ਅਕਾਲ ਫਤਿਹ ਕਿੰਝ ਆਪਣਾ ਜਲਵਾ ਦਿਖਾ ਰਹੀ ਹੈ। ਇਹ ਖਾਲਸ ਕੁਦਰਤ ਅਤੇ ਅਕਾਲ ਫਤਿਹ ਰੂਹਾਨੀ ਅਨੁਭਵ ਨਾਲ ਜਿਹੜਾ ਇਨਸਾਨ ਦੇ ਜੀਵਨ ਵਿੱਚ ਤਬਦੀਲੀਆਂ ਵਾਪਰਦੀਆਂ ਉਹਨੂੰ ਉਹਦਾ ਮੁੱਲ ਪਾਉਣ ਲਈ, ਉਹਨੂੰ ਤੋਲਣ ਲਈ, ਉਹਨੂੰ ਅਵੈਲੂਏਟ ਕਰਨ ਲਈ ਇਹ ਦੋ ਪੈਮਾਨੇ ਹਨ। ਅਤੇ ਇਹਨਾਂ ਦੀ ਜਿਹੜੀ ਹੋਂਦ ਆ ਉਹ ਕਹਿੰਦੇ ਵੀ ਕੋਈ ਇੱਕ ਚੀਜ਼ ਨਹੀਂ ਹੈ ਜਿਹਨੂੰ ਦਿਖਾ ਦਿੱਤਾ ਜਾਵੇ, ਜਿਵੇਂ ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਆ ਉਹ ਇੱਕ ਹੀ ਨੇ, ਇੱਕ ਥਾਂ ਤੋਂ ਸਮਝ ਲੱਗ ਜਾਂਦੀ ਹੈ। ਜਿਵੇਂ ਕਹੋ ਦੁੱਧ, ਅਤੇ ਸਾਰਿਆਂ ਨੂੰ ਪਤਾ ਹੁਣ ਦੁੱਧ ਦਿਖਾ ਦਿਓ ਸਮਝ ਲੱਗ ਜਾਏਗੀ ਵੀ ਇਹ ਦੁੱਧ ਹੈ, ਪਰ ਇਹ ਖਾਲਸ ਕੁਦਰਤ ਅਤੇ ਅਕਾਲ ਫਤਿਹ ਇਹ ਕਈ ਸ਼ੇਡਸ ਦੇ ਰਲ ਕੇ ਇਹ ਵਾਲਾ ਰੂਪ ਬਣਦਾ, ਕਈ ਜਿਹੜੀ ਸੂਖਮਤਾਵਾਂ ਉਹਨਾਂ ਦੇ ਰਲਣ ਨਾਲ ਇਹ ਬਣਦਾ, ਜਿਹਨੂੰ ਉਹਨਾਂ ਨੇ ਕਿਹਾ ਕਿ ਜਿਹੜਾ ਖਾਲਸ ਕੁਦਰਤ ਹੈ ਇਹਦੇ 6 ਨਕਸ਼ ਨੇ। ਜਿਵੇਂ ਨਕਸ਼ ਸਾਡੇ ਨਕਸ਼ ਹੁੰਦੇ ਨਾ, ਅੱਖਾਂ ਤੋਂ ਪਛਾਣ ਹੁੰਦੀ ਹੈ, ਨੱਕ ਦੀ ਬਣਤਰ ਤੋਂ, ਹੋਂਠਾਂ ਦੀ ਬਣਤਰ ਤੋਂ, ਮੱਥੇ ਤੋਂ, ਇਹ ਸਾਡੀ ਜਿਹੜੀ ਚਗਾਠ ਆ ਇਹ ਸਾਡੇ ਨਕਸ਼ ਨੇ ਜਿਹ ਤੋਂ ਸਾਡੀ ਪਛਾਣ ਹੁੰਦੀ ਹੈ। ਉਹ ਬੰਦਾ ਹਨੇਰੇ 'ਚ ਵੀ ਥੋੜ੍ਹਾ ਜਿਹਾ ਸਾਨੂੰ ਝਲਕਾ ਵਜੇ ਤਾਂ ਅਸੀਂ ਪਛਾਣ ਲੈਂਦੇ ਹਾਂ, ਤੋ ਨਕਸ਼ ਪਛਾਣਦੇ ਨੇ ਉਹ ਜਿਹੜੇ ਖਾਲਸ ਕੁਦਰਤ ਦੇ ਨਕਸ਼ ਨੇ, ਉਹ 6 ਉਹਨਾਂ ਨੇ ਦੱਸੇ। ਇੱਕ ਟਰਮੀਨੋਲੋਜੀ ਦੀ ਕਹਿ ਲਓ ਕਿ ਥੋੜ੍ਹੀ ਜਿਹੀ ਵਿਆਖਿਆ ਕਰਨ ਵਾਲਾ ਇਹ ਕਾਰਜ ਹੈ। ਉਹ ਕਹਿੰਦੇ ਕਿ ਸਭ ਤੋਂ ਜਿਹੜਾ ਖਾਲਸ ਕੁਦਰਤ ਦਾ ਪਹਿਲਾ ਨਕਸ਼ ਆ ਜਿਹਦੇ ਵਿੱਚੋਂ ਇਹਨੂੰ ਪਛਾਣਿਆ ਜਾ ਸਕਦਾ ਉਹ ਹੈਗਾ ਆ ਉੱਚੀ ਸੁਰਤ। ਫਿਰ ਉਹ ਸੁਰਤ ਦੀ ਵਿਆਖਿਆ ਕਰਦੇ, ਸੁਰਤ ਨੂੰ ਸਮਝਣ ਲਈ ਜਿਹੜੀਆਂ ਹੋਰ ਚੀਜ਼ਾਂ ਪ੍ਰਚਲਿਤ ਨੇ ਉਹਦੀ ਉਹ ਲਿਮਿਟੇਸ਼ਨਸ ਵੀ ਵਿਖਾਉਂਦੇ। ਜਿਵੇਂ ਜਿਹੜਾ ਮਨੋਵਿਗਿਆਨ ਆ, ਮਨੋਵਿਗਿਆਨ ਨੇ
ਕੁਝ ਟਰਮਸ ਇਹੋ ਜਿਹੀਆਂ ਪੈਦਾ ਕੀਤੀਆਂ ਜਿਵੇਂ ਸਾਈਕ ਸਾਈਕੀ ਜਿਹਨੂੰ ਕਹਿ ਲੈਂਦੇ ਆਪਾਂ ਜਾਂ ਸਾਈਕੀ ਦੀਆਂ ਲਿਮਿਟੇਸ਼ਨਸ ਦਿਖਾਉਂਦੇ ਆ, ਫਿਰ ਉਹ ਜਿਹੜਾ ਆਰਕੀਟਾਈਪ ਜੁੰਗ ਨੇ ਦਿੱਤਾ ਉਹਦੀਆਂ ਲਿਮਿਟੇਸ਼ਨਸ ਦਿਖਾਉਂਦੇ ਆ, ਈਵਨ ਕਿ ਉਹ ਮਨ ਦੀਆਂ ਵੀ ਲਿਮਿਟੇਸ਼ਨ ਦਿਖਾਉਂਦੇ। ਉਹ ਕਹਿੰਦੇ ਕਿ ਮਨ ਜਿਹੜਾ ਆ ਉਹ ਸੁਰਤ ਦਾ ਇੱਕ ਛੋਟਾ ਹਿੱਸਾ ਆ। ਹੁਣ ਸਾਡੇ ਲਈ ਮਨ ਸਭ ਤੋਂ ਨੇੜੇ ਆ, ਸਾਡੇ ਮਨ ਤੋਂ ਵੱਡੀ ਚੀਜ਼ ਆਤਮਾ ਆ, ਉਹ ਸਾਡੇ ਤੋਂ ਦੂਰ ਹੈ, ਅਤੇ ਮਨ ਤੋਂ ਛੋਟੀ ਚੀਜ਼ ਜਿਹੜੀ ਹੈ ਉਹ ਸਾਡੀ ਦੇਹ ਆ। ਦੇਹ ਨੂੰ ਅਸੀਂ ਛੇਤੀ ਰੈਕੋਗਨਾਈਜ਼ ਕਰਦੇ ਹਾਂ, ਮਨ ਸੂਖਮ ਸਾਰ ਆ, ਦੇਹ ਨਾਲ ਜੁੜਿਆ ਹੋਇਆ, ਇੱਕ ਸਿਰਾ ਉਹਦਾ ਦੇਹ ਨਾਲ ਜੁੜਿਆ ਹੋਇਆ, ਇੱਕ ਉਹਦਾ ਸਿਰਾ ਜਿਹੜਾ ਉਹ ਨਿਰਾਕਾਰ ਮੰਡਲਾਂ ਵਿੱਚ ਖੁੱਲ੍ਹਦਾ, ਅਤੇ ਉਹ ਜਿਹੜੀ ਉਹ ਸਾਰੀ ਨਿਰਾਕਾਰਤਾ ਆ ਉਹਨੂੰ ਅਸੀਂ ਇੱਕ ਸ਼ਬਦ ਦੇ ਲਿਆ ਮਨ। ਦੇਹ ਨੂੰ ਅਸੀਂ ਕਾਫੀ ਚੰਗੀ ਤਰ੍ਹਾਂ ਪਛਾਣ ਲੈਂਦੇ ਹਾਂ, ਪਰ ਜਿਹੜਾ ਸਾਡਾ ਮਨ ਆ ਅਤੇ ਜਾਂ ਜਿਹੜਾ ਅਗਲੇ ਦਾ ਮਨ ਆ ਉਹਨੂੰ ਸਮਝਣ ਲਈ ਸਾਡਾ ਕਾਫੀ ਜ਼ੋਰ ਲੱਗ ਸਕਦਾ, ਉਹਨੂੰ ਸਮਝਣ ਲਈ ਸਾਨੂੰ ਕਈ ਤਰ੍ਹਾਂ ਦਾ ਵਿਧੀ ਵਿਧਾਨ ਬਣਾਉਣੇ ਪੈ ਸਕਦੇ। ਤੋ ਮਹਿਬੂਸਾ ਕਹਿੰਦੇ ਕਿ ਜਿਹੜਾ ਸੁਰਤ ਉੱਚੀ ਸੁਰਤ ਆ ਉਹਦਾ ਇੱਕ ਛੋਟਾ ਜੁਜ਼ ਹੈ ਮਨ। ਜੇ ਮਨ ਦੀ ਸੂਖਮਤਾ ਵਿੱਚ ਅਸੀਂ ਨਹੀਂ ਜਾਂਦੇ, ਜੇ ਸਾਨੂੰ ਮਨ ਦੇ ਪਸਾਰਾਂ ਦੀ ਸਮਝ ਨਹੀਂ, ਤਾਂ ਫਿਰ ਉੱਚੀ ਸੁਰਤ ਨੂੰ ਸਮਝਣਾ ਕਾਫੀ ਔਖੀ ਗੱਲ ਹੈ। ਅਤੇ ਉੱਚੀ ਸੁਰਤ ਉਹਨਾਂ ਨੇ ਕਿਹਾ ਕਿ ਇਹ ਧਰਤੀ ਦੇ ਵੱਖ ਵੱਖ ਖਿੱਤਿਆਂ ਵਿੱਚ ਪੈਦਾ ਹੋਈ, ਇਹ ਵਿਚਾਰ ਦੇ ਰੂਪ ਵਿੱਚ ਵੀ ਪੈਦਾ ਹੋ ਸਕਦੀ ਹੈ। ਵਿਚਾਰ ਦੇ ਰੂਪ ਵਿੱਚ ਉਹਨਾਂ ਨੇ ਇਹ ਸਾਰੇ ਉੱਚੇ ਵਿਦਵਾਨ ਜਿਹੜੇ ਨੇ, ਜਿਹੜੇ ਗ੍ਰੀਕ ਫਲਸਫੇ ਨਾਲ ਜੁੜੇ ਹੋਏ ਨੇ, ਚੀਨੀ ਫਲਸਫੇ ਨਾਲ ਜੁੜੇ ਹੋਏ ਨੇ, ਜਾਂ ਹਿੰਦੁਸਤਾਨ ਵਿੱਚ ਬੋਧੀ ਫਲਸਫੇ ਨਾਲ ਜੁੜੇ ਹੋਏ ਨੇ, ਬਹੁਤ ਸਾਰੇ ਵੱਡੇ ਵਿਦਵਾਨਾਂ ਦੇ ਉਹਨਾਂ ਨੇ ਉਸ ਸਿਸਟਮ ਤੋਂ ਸਾਨੂੰ ਜਾਣੂ ਕਰਵਾਇਆ ਜਿਹਦੇ ਵਿੱਚ ਉੱਚੀ ਸੁਰਤ ਦਾ ਪ੍ਰਕਾਸ਼ ਹੁੰਦਾ ਦਿਸਦਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਕਤੀ ਆਉਂਦੀ ਹੈ, ਸ਼ਬਦ ਗੁਰੂ ਸੁਰਤ ਧੁਨ ਚਿੱਲ। ਜਿਹੜੀ ਇਹ ਪੰਕਤੀ ਉਚਾਰਨ ਹੋਈ ਹੈ ਇਹ ਸਿੱਧਾਂ ਦੇ ਨਾਲ ਜੋ ਸੰਵਾਦ ਹੋ ਰਿਹਾ ਉਹਦੇ ਸੰਦਰਭ ਦੇ ਵਿੱਚ ਇਹ ਉਚਾਰਨ ਹੁੰਦੀ ਹੈ। ਮਹਿਬੂਬ ਸਾਹਿਬ ਜਦੋਂ ਸਿੱਧਾਂ ਬਾਰੇ ਇਹ ਜਾਣਕਾਰੀ ਦਿੰਦੇ ਆ ਕਿ ਸਿੱਧ ਕੌਣ ਨੇ, ਉਹ ਦੱਸਦੇ ਵੀ ਸਿੱਧਾਂ ਨੇ ਆਪਣੀ ਦੇਹ ਦੀ ਸੂਖਮਤਾ ਨੂੰ ਜਾਣ ਕੇ ਦੇਹ ਨੂੰ ਕਾਬੂ ਕਰ ਲਿਆ, ਅਤੇ ਮਨ ਦੀ ਸੂਖਮਤਾ ਨੂੰ ਜਾਣ ਕੇ ਮਨ ਨੂੰ ਕਾਬੂ ਕਰ ਲਿਆ। ਅਤੇ ਮਨ ਦੀ ਸੂਖਮਤਾ ਦੇ ਵਿੱਚ ਜੇ ਆਪਾਂ ਉਹਦੇ 3-4 ਲੈਵਲ ਬਣਾ ਲਈਏ, ਅਤੇ ਮਨ ਦੇ ਵਿੱਚ ਬੁੱਧ ਵੀ ਹੈ, ਮਨ ਦੇ ਵਿੱਚ ਮਤ ਵੀ ਹੈ, ਜਿਹਨੂੰ ਆਪਾਂ ਓਪੀਨੀਅਨ ਕਹਿ ਲੈਂਦੇ ਨਜ਼ਰੀਆ, ਉਹਦਾ ਉਹ ਮਨ ਤੋਂ ਵੱਡਾ ਵੀ ਹੈ। ਹੁਣ ਜਦੋਂ ਅਸੀਂ ਮਨ ਦੀ ਸੂਖਮਤਾ ਨੂੰ ਚਾਹੇ ਮਨੋਵਿਗਿਆਨ ਦੀ ਮਦਦ ਨਾਲ ਸਮਝਣ ਦੀ ਕੋਸ਼ਿਸ਼ ਕਰੀਏ, ਚਾਹੇ ਹੁਣ ਤੱਕ ਜੋ ਵਿਸ਼ਵ ਫਲਸਫੇ ਦੇ ਵਿੱਚ ਇੰਡੀਅਨ ਫਲਸਫੇ ਦੇ ਵਿੱਚ ਉਹਦਾ ਜ਼ਿਕਰ ਹੋ ਚੁੱਕਾ, ਉਹਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਫਿਰ ਅਸੀਂ ਸੁਰਤ ਦੇ ਕਾਫੀ ਨੇੜਲੇ ਮੰਡਲਾਂ ਵਿੱਚ ਵਿਚਰਨਾ ਸ਼ੁਰੂ ਕਰ ਸਕਦੇ ਹਾਂ ਕਿ ਸੁਰਤ ਉਹ ਸੁਰਤ ਇੱਕ ਕੈਸੀ ਸ਼ਕਤੀ ਦਾ ਨਾਂ ਸੁਰਤ ਹੈ। ਇਹ ਅਸੀਂ ਇਹਦੇ ਰਾਹੀਂ ਸਮਝ ਸਕਦੇ ਹਾਂ, ਇਸ ਪ੍ਰੋਸੈਸ ਦੇ ਰਾਹੀਂ, ਜਿਵੇਂ ਅਧਿਆਤਮਕ ਕਮਾਈ ਕਰਨ ਵਾਲੇ ਜਿਹੜੇ ਪੁਰਸ਼ ਹਨ ਉਹਨਾਂ ਸੰਬੰਧੀ ਅਸੀਂ ਕਹਿ ਲੈਂਦੇ ਹਾਂ ਕਿ ਇਹਨਾਂ ਦੀ ਸੁਰਤ ਲੱਗੀ ਹੋਈ ਹੈ ਜਾਂ ਸੁਰਤ ਚੜ੍ਹੀ ਹੋਈ ਹੈ, ਇਹ ਸ਼ਬਦ ਅਸੀਂ ਆਮ ਆਪਣੀ ਭਾਸ਼ਾ ਵਿੱਚ ਵਰਤਦੇ ਹਾਂ। ਪਰ ਮਹਿਬੂਬ ਸਾਹਿਬ ਉਸ ਸੁਰਤ ਦਾ ਬੌਧਿਕ ਤੌਰ 'ਤੇ ਨਕਸ਼ਾ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ। ਉਹ ਕਹਿੰਦੇ ਵੀ ਇੱਕ ਉੱਚੀ ਸੁਰਤ ਹੈ, ਦੂਜੀ ਕਿਹੜੀ ਸੁਰਤ ਹੈ ਉਹਦੇ ਵੱਲ ਨਹੀਂ ਆਪਾਂ ਜਾਣਾ ਹਾਲੇ, ਯਾਰ ਉੱਚੀ ਸੁਰਤ ਉਹ ਕਹਿੰਦੇ ਇਹ ਉੱਚੀ ਸੁਰਤ ਗਿਆਨ ਦੇ ਸਟਰਕਚਰ ਦੇ ਰੂਪ ਵਿੱਚ ਵੀ ਕਿਸੇ ਦਾ ਜਿਹੜਾ ਕਿਸੇ ਜਿਵੇਂ ਕਾਂਟ ਦਾ ਇੱਕ ਸਿਸਟਮ ਆ ਉਹਦੇ ਥੋਟ ਦਾ, ਹੀਗਲ ਦਾ ਇੱਕ ਥੋਟ ਦਾ ਸਿਸਟਮ ਆ ਉਹਦੇ ਵਿੱਚ ਉੱਚੀ ਸੁਰਤ ਦਾ ਕੁਝ ਪ੍ਰਕਾਸ਼ ਹੋਇਆ, ਜਾਂ ਜਿਹੜਾ ਚਾਈਨੀਜ਼ ਫਲਸਫਾ ਆ ਉਹਦੇ ਵਿੱਚ ਉੱਚੀ ਸੁਰਤ ਦਾ ਪ੍ਰਕਾਸ਼ ਹੋਇਆ, ਜਾਂ ਜਿਹੜੇ ਵੱਡੇ ਧਰਮ ਦੁਨੀਆ ਉੱਪਰ ਸੋਭਾ ਪਾਉਂਦੇ ਨੇ ਉਹਨਾਂ ਦੇ ਵਿੱਚ ਜਿਹੜਾ ਉੱਚੀ ਸੁਰਤ ਦਾ ਪ੍ਰਕਾਸ਼ ਹੋਇਆ। ਉਹ ਕਹਿੰਦੇ ਵੀ ਖਾਲਸ ਕੁਦਰਤ ਜੇ ਇੱਕ ਵੱਡਾ ਪੈਮਾਨਾ ਆ ਤਾਂ ਉਹ ਪੈਮਾਨਾ ਜਿਹੜੇ 6 ਚੀਜ਼ਾਂ ਤੋਂ ਬਣਦਾ, ਉਹਨਾਂ ਵਿੱਚ ਜਿਹੜੀ ਪਹਿਲੀ ਚੀਜ਼ ਹੈ ਉਹ ਹੈ ਉੱਚੀ ਸੁਰਤ। ਅਤੇ ਇਹਦੇ ਸੰਬੰਧੀ ਉਹਨਾਂ ਦਾ ਇੱਕ ਸੈਂਟੈਂਸ ਹੈ ਕਿ ਉੱਚੀ ਸੁਰਤ ਦੀ ਜਿਹੜੀ ਨਿਰਾਕਾਰਤਾ ਹੈ, ਉੱਚੀ ਸੁਰਤ ਦੀ ਨਿਰਾਕਾਰਤਾ ਮਨ ਦੀਆਂ ਸ਼ਕਤੀਆਂ ਤੋਂ ਬਹੁਤ ਵਡੇਰੀ ਹੈ। ਉੱਚੀ ਸੁਰਤ ਦੇ ਫਲਾਅ ਜਾਂ ਉੱਚੀ ਸੁਰਤ ਜਿਹੜੀ ਸੂਖਮਤਾ ਆ, ਜਿੰਨੀ ਮਨ ਦੀ ਸੂਖਮਤਾ ਆ, ਇਹਦੀਆਂ ਸਾਰੀਆਂ ਸ਼ਕਤੀਆਂ ਨਾਲੋਂ ਵੱਡਾ ਥਾਂ ਰੱਖਦੀ ਹੈ। ਜਿਹੜੀ
ਸਾਈਕ, ਐਬਸੋਲਿਊਟ ਆਈਡੀਆ, ਸਪਿਰਿਟ ਅਤੇ ਪਿਓਰ ਰੀਜ਼ਨ ਤੋਂ ਉੱਚਾ ਦਰਜਾ ਰੱਖਦੀ ਹੈ। ਉਹ ਕਹਿੰਦੇ ਉੱਚੀ ਸੁਰਤ ਆਪਣੀ ਹੋਂਦ ਦਾ ਅਹਿਸਾਸ ਕਰਾਉਂਦੀ ਹੈ ਮਨੁੱਖ ਨੂੰ, ਜਿਵੇਂ ਜਿਹੜੀ ਖੁਸ਼ਬੂ ਹੈ ਜਦੋਂ ਹਵਾ ਵਿੱਚ ਫੈਲ ਜਾਂਦੀ ਹੈ, ਪਰ ਉਹਦਾ ਜਿਹੜਾ ਮੂਲ ਸੋਮਾ ਆ ਉਹਨੂੰ ਲੱਭਣਾ ਕਈ ਵਾਰੀ ਔਖਾ ਹੁੰਦਾ ਹੈ ਕਿ ਕਿਸ ਸੋਮੇ ਤੋਂ ਇਹ ਖੁਸ਼ਬੂ ਫੁੱਟ ਰਹੀ ਹੈ। ਇਸ ਤਰ੍ਹਾਂ ਕਹਿੰਦੇ ਜੇ ਉੱਚੀ ਸੁਰਤ ਧਰਤੀ ਉੱਤੇ ਹੈ ਤਾਂ ਉਹ ਮਨੁੱਖ ਦੇ ਕਰਮ ਵਿੱਚੋਂ ਵੀ ਪ੍ਰਗਟ ਹੋਏਗੀ, ਜੋ ਉਹ ਦੁਨੀਆ 'ਤੇ ਕਰਮ ਕਮਾਵੇਗਾ ਉਹਦੇ 'ਚੋਂ ਵੀ ਪ੍ਰਗਟ ਹੋਏਗੀ, ਉਹਦੇ ਬਚਨ ਬੋਲ ਵਿੱਚੋਂ ਵੀ ਪ੍ਰਗਟ ਹੋਏਗੀ, ਜਾਂ ਧਰਮ ਗ੍ਰੰਥ ਵਿੱਚੋਂ ਪ੍ਰਗਟ ਹੋਏਗੀ, ਜਾਂ ਫਿਰ ਇਹਨੂੰ ਇਤਿਹਾਸ ਵਿੱਚੋਂ ਦੇਖਿਆ ਜਾ ਸਕਦਾ। ਤੋ ਇਸ ਤਰ੍ਹਾਂ ਉਹ ਕਾਫੀ ਉਦਾਹਰਣਾਂ ਜਾਂ ਕਾਫੀ ਫੈਲਾਅ ਉਹਦਾ ਦਿੰਦੇ ਆ ਉੱਚੀ ਸੁਰਤ ਦਾ, ਜਿਹਦੇ ਨਾਲ ਸਾਨੂੰ ਉੱਚੀ ਸੁਰਤ ਸਮਝ ਲੱਗ ਜਾਂਦੀ ਹੈ ਕਿ ਇਹ ਵਾਲੇ ਜਿਹੜੇ ਕਾਰਜ ਹਨ ਦੂਸਰੇ ਧਰਮਾਂ ਵਿੱਚ, ਜੇ ਉੱਚੀ ਸੁਰਤ ਦਾ ਕੋਈ ਕਾਰਜ ਹੋਇਆ ਤਾਂ ਉਹ ਦਿਸਦਾ ਸਾਨੂੰ ਪਛਾਣ ਆ ਸਕਦੀ। ਉਹ ਕਹਿੰਦੇ ਉੱਚੀ ਸੁਰਤ ਪ੍ਰਤਿਭਾਵਾਂ ਪੈਦਾ ਕਰ ਸਕਦੀ ਹੈ। ਪ੍ਰਤਿਭਾਵਾਂ ਪੈਦਾ ਕਰਨ ਤੋਂ ਭਾਵ ਇਹ ਕਿ ਜਿਵੇਂ ਫਿਲੋਸਫੀ ਦੇ ਵਿੱਚ ਵੱਡੀਆਂ ਪ੍ਰਤਿਭਾਵਾਂ ਦਾ ਨਾਂ ਲਿਆ ਜਾਂਦਾ, ਲਿਟਰੇਚਰ ਦੇ ਵਿੱਚ ਵੱਡੀਆਂ ਪ੍ਰਤਿਭਾ ਦਾ ਨਾਂ ਲਿਆ ਜਾਂਦਾ, ਫਿਲੋਸਫੀ ਦੇ ਵਿੱਚ ਗ੍ਰੀਕ ਵਿਦਵਾਨਾਂ ਦਾ, ਹੁਣ ਦੇ ਸਮੇਂ ਵਿੱਚ ਫਰਾਂਸ ਦੇ ਵਿਦਵਾਨਾਂ ਦਾ, ਅਮਰੀਕੀ ਵਿਦਵਾਨਾਂ ਦਾ, ਕਾਫੀਆਂ ਦਾ ਨਾਂ ਲਿਆ ਜਾ ਸਕਦਾ। ਤੋ ਪ੍ਰਤਿਭਾ ਨੂੰ ਪੈਦਾ ਕਰ ਸਕਦੀ ਹੈ ਉੱਚੀ ਸੁਰਤ ਜਿੱਥੇ ਹੋਵੇ। ਲਿਟਰੇਚਰ ਦੇ ਵਿੱਚ ਜਿਵੇਂ ਆਪਾਂ ਹੁਣੇ ਜ਼ਿਕਰ ਕਰਕੇ ਹਟੇ ਹਾਂ, ਦਾਸਤੋਵਸਕੀ ਹੈ, ਟੋਲਸਟਾਏ ਹੈ, ਇਹ ਲਿਟਰੇਚਰ ਦੀਆਂ ਪ੍ਰਤਿਭਾ ਹਨ। ਇਸੇ ਤਰ੍ਹਾਂ ਜਿਹੜੀਆਂ ਜੰਗਾਂ ਹੋਈਆਂ ਨੇ ਦੁਨੀਆ ਦੇ ਉੱਪਰ, ਉਹਨਾਂ ਜੰਗਾਂ ਦੇ ਵਿੱਚ ਵੀ ਉੱਚੀ ਪ੍ਰਤਿਭਾ ਦਾ ਜਲਵਾ ਦਿਸ ਸਕਦਾ। ਉਹ ਕਹਿੰਦੇ ਕਿ ਪ੍ਰਤਿਭਾ ਨੂੰ ਪੈਦਾ ਕਰਨ ਵਾਲੀ ਇੱਕ ਸ਼ਕਤੀ ਹੈ ਕਿ ਜਿੱਥੇ ਉੱਚੀ ਸੁਰਤ ਹੋਏਗੀ ਉੱਥੇ ਮਹਾਨ ਪ੍ਰਤਿਭਾ ਪੈਦਾ ਹੋਏਗੀ। ਉਹ ਕਹਿੰਦੇ ਇਹ ਇਤਿਹਾਸ ਦੀ ਇੱਕ ਬਰੀਕ ਅਤੇ ਖਾਲਸ ਸ਼ਕਤੀਵਰ ਤਰਜ ਹੈ। ਹੁਣ ਜਦੋਂ ਕਿਤੇ ਉੱਚੀ ਸੁਰਤ ਪੈਦਾ ਹੋ ਜਾਂਦੀ ਹੈ ਤਾਂ ਫਿਰ ਉਹ ਆਪਣੇ ਜੀਵਨ ਨੂੰ ਪ੍ਰਭਾਵਿਤ ਕਰ ਸ਼ੁਰੂ ਕਰਦੀ ਹੈ। ਜਿਵੇਂ ਕਹਿ ਲਓ ਕਿ ਹੁਣ ਦੇ ਸਮੇਂ ਵਿੱਚ ਜਿਵੇਂ ਸੰਤ ਜਰਨੈਲ ਸਿੰਘ ਜੀ, ਉਹ ਇੱਕ ਉੱਚੀ ਸੁਰਤ ਦਾ ਜਲਵਾ ਆ, ਉਹਨਾਂ ਨੇ ਜੀਵਨ ਨੂੰ ਪ੍ਰਭਾਵਿਤ ਕੀਤਾ ਔਰ ਜੀਵਨ ਦੇ ਬਹੁਤ ਜਿਹੜੇ ਉੱਚੇ ਰੁਤਬਿਆਂ ਵਾਲੇ, ਉੱਚੇ ਮਰਾਤਬੇ ਨੂੰ ਹਾਸਲ ਕਰਨ ਦੀ ਸੰਭਾਵਨਾ ਵਾਲੇ ਨੌਜਵਾਨ ਸਨ, ਹਰ ਤਰ੍ਹਾਂ ਦੇ ਪੰਥ ਵਿੱਚੋਂ ਉਹਨਾਂ ਦਾ ਉਹਨਾਂ ਨੂੰ ਸਹਿਯੋਗ ਮਿਲਿਆ ਔਰ ਇੱਕ ਇਤਿਹਾਸਕ ਵਹਿਣ ਪੈਦਾ ਹੋਇਆ। ਉਹ ਉੱਚੀ ਸੁਰਤ ਹੀ ਪੈਦਾ ਕਰ ਸਕਦੀ ਹੈ, ਸਧਾਰਨਤਾ ਦੇ ਵੱਸ ਦੀ ਗੱਲ ਨਹੀਂ ਹੈ। ਜੋ ਉੱਚੀ ਸੁਰਤ ਜੀਵਨ ਵਿੱਚ ਆ ਜਾਂਦੀ ਹੈ ਫਿਰ ਉਹ ਇਤਿਹਾਸ ਨੂੰ ਪ੍ਰਭਾਵਿਤ ਕਰਦੀ ਹੈ, ਇਤਿਹਾਸ ਦੀ ਇੱਕ ਤਰਜ਼ ਬਣਦੀ ਹੈ ਜਿਹਨੂੰ ਪਛਾਣਿਆ ਜਾ ਸਕਦਾ। ਫਿਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਗੀਤਾ ਅਤੇ ਤਾਓ ਇਹ ਉੱਚੀ ਸੁਰਤ ਦਾ ਪ੍ਰਕਾਸ਼ ਹਨ। ਮਤਲਬ ਕਿ ਉੱਚੀ ਸੁਰਤ ਦਾ ਪ੍ਰਕਾਸ਼ ਜੇ ਗੀਤਾ ਵਿੱਚ ਹੈ ਤਾਂ ਉਹਦਾ ਵੀ ਉਹਨਾਂ ਨੇ ਠੀਕ ਸਥਾਨ ਨਿਸ਼ਚਿਤ ਕੀਤਾ, ਜੇ ਉਹ ਤਾਓ ਦੀ ਕਿਤਾਬ ਵਿੱਚ ਹੈ ਤਾਂ ਉਹਦਾ ਵੀ ਠੀਕ। ਤਾਂ ਲਾਓਸੀ ਦੇ ਬਾਰੇ ਉਹਨਾਂ ਦੇ ਕਮੈਂਟਸ ਤੁਸੀਂ ਪੜ੍ਹ ਸਕਦੇ ਹੋ। ਅਤੇ ਨਾਲ ਹੀ ਉਹਨਾਂ ਨੇ ਉੱਚੀ ਸੁਰਤ ਤੋਂ ਅਗਲੇ ਮੰਡਲਾਂ ਦੀ ਵੀ ਦੱਸ ਪਾਈ ਕਿ ਉੱਚੀ ਸੁਰਤ ਤੋਂ ਅਗਲੇ ਮੰਡਲ ਕੀ ਆ। ਉਹ ਕਹਿੰਦੇ ਕੁਰਾਨ ਮਜੀਦ ਅਤੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਮੰਡਲ ਆ ਉਹ ਉੱਚੀ ਸੁਰਤ ਤੋਂ ਕਿਤੇ ਅਗਲੇਰਾ ਆ। ਭਾਵ ਕਿ ਉੱਚੀ ਸੁਰਤ ਜਿਹੜੀ ਹੈ ਇਹ ਗੁਰੂ ਘਰ ਦੀ ਬਖਸ਼ਿਸ਼ ਇਨਸਾਨ ਉੱਪਰ ਜਦੋਂ ਹੋ ਜਾਂਦੀ ਹੈ ਤਾਂ ਉਹਦੀ, ਜਿਵੇਂ ਮਹਾਰਾਜ ਚਾਹੁੰਦਾ ਹੈ ਕਿ ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ, ਉਹ ਜਦੋਂ ਉਹਦੀ ਘਾੜਤ ਘੜੀ ਜਾਂਦੀ ਹੈ, ਸੁਰਤ ਦੀ ਘਾੜਤ ਘੜੀ ਜਾਂਦੀ ਹੈ, ਉੱਚੀ ਸੁਰਤ ਹੋ ਜਾਂਦੀ ਹੈ, ਉਹਦੇ ਨਾਲੋਂ ਵੱਡਾ ਮੰਡਲ ਜਿਹੜਾ ਆ ਉਹ ਦੈਵੀ ਜਾਂ ਇਲਹਾਮ ਜਿਹਨੂੰ ਕਿਹਾ ਜਾਂਦਾ, ਦੈਵੀ ਚਾਨਣ ਜਿਹਨੂੰ ਕਿਹਾ ਜਾਂਦਾ, ਰੈਵਲੇਸ਼ਨ ਅੰਗਰੇਜ਼ੀ ਵਾਲੇ ਕਹਿ ਦਿੰਦੇ ਆ, ਆਪਾਂ ਗੁਰਬਾਣੀ ਕਹਿੰਦੇ, ਧੁਰਕੀ ਬਾਣੀ ਕਹਿੰਦੇ, ਉਹਦੇ ਵਿੱਚ ਉਹ ਤੋਂ ਅਗਲਾ ਮੰਡਲ ਹੁੰਦਾ। ਅਤੇ ਉਹਦੇ ਸੰਬੰਧੀ ਉਹਨਾਂ ਨੇ ਕੁਰਾਨ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਉੱਚਾ ਸਥਾਨ ਦਿੱਤਾ। ਅਤੇ ਇਸ ਤੋਂ ਥੱਲੇ ਵਾਲੇ ਮੰਡਲਾਂ ਵਿੱਚ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਜਿਹੜੇ ਕਲਾ ਦੇ ਖੇਤਰ ਆ, ਚਾਹੇ ਉਹ ਕਵਿਤਾ ਆ, ਚਾਹੇ ਉਹ ਚਿੱਤਰਕਾਰੀ ਹੈ, ਚਾਹੇ ਉਹ ਬੁੱਤ ਤਰਾਸ਼ਣਾ ਆ, ਉਹ ਕਹਿੰਦੇ ਇੱਥੇ ਵੀ ਝਲਕਾ ਵੱਜ ਸਕਦਾ ਹੈ ਉੱਚੀ ਸੁਰਤ ਪ੍ਰਭਾਵਿਤ ਕਰਕੇ। ਜਿਹੜੀਆਂ ਤਹਿਜ਼ੀਬ ਨਾਲ ਜੁੜੀਆਂ ਹੋਈਆਂ ਚੀਜ਼ਾਂ ਆ, ਜਿਹੜੀਆਂ
ਕਿਸੇ ਵੀ ਸੱਭਿਅਤਾ ਦੇ ਵਿੱਚ ਕਲਾਤਮਕ ਪੱਖ ਤੋਂ ਯੋਗਦਾਨ ਪਾਉਣ ਵਾਲੀਆਂ ਜਿਹੜੀਆਂ ਦਿਸ਼ਾਵਾਂ ਹੁੰਦੀਆਂ ਉਹਨਾਂ ਨੂੰ ਵੀ ਪ੍ਰਭਾਵਿਤ ਕਰਕੇ ਉੱਚੀ ਸੁਰਤ ਜਿਹੜੀ ਆ ਉਹ ਆਪਣੇ ਨਾਲ ਤੋਰ ਸਕਦੀ ਹੈ। ਦੂਸਰਾ ਨਕਸ਼ ਜਿਹੜਾ ਉਹਨਾਂ ਨੇ ਇਹਦਾ ਉੱਚੀ ਖਾਲਸ ਕੁਦਰਤ ਦਾ ਪਛਾਣਿਆ ਉਹ ਹੈਗਾ ਜੀ ਵਿਜਈ ਤਰਕ। ਵਿਜਈ ਤਰਕ ਨੂੰ ਵਿਜਈ ਤਰਕ ਕਹਿਣ ਦੀ ਲੋੜ ਇਸ ਕਰਕੇ ਪਈ ਕਿ ਜਿੰਨੇ ਵੀ ਤਰਕ ਹੁੰਦੇ ਆ, ਜਿੰਨੀਆਂ ਵੀ ਦਲੀਲਾਂ ਬਣਦੀਆਂ ਆ, ਉਹਨਾਂ ਨੂੰ ਹੋਰ ਦਲੀਲਾਂ ਨਾਲ ਕੱਟਿਆ ਜਾ ਸਕਦਾ। ਜਦੋਂ ਕੋਈ ਮੇਰੇ ਵਰਗਾ ਸਧਾਰਨ ਲੈਵਲ ਦਾ ਸਟੂਡੈਂਟ ਦਲੀਲਾਂ ਬਣਾਉਣੀਆਂ ਸ਼ੁਰੂ ਕਰਦਾ ਤਾਂ ਉਹਨੂੰ ਜਦੋਂ ਉਹ ਤੋਂ ਵੱਡਾ ਵਿਦਵਾਨ ਮਿਲਦਾ ਤਾਂ ਉਹਦੀਆਂ ਦਲੀਲਾਂ ਨੂੰ ਕੱਟ ਦਿੰਦਾ, ਫਿਰ ਹੌਲੀ ਹੌਲੀ ਸਾਰੀਆਂ ਦਲੀਲਾਂ ਕੱਟੀਆਂ ਜਾਂਦੀਆਂ। ਫਿਰ ਮਹਿਬੂਬ ਸਾਹਿਬ ਇਸ ਸਾਰੇ ਵਰਤਾਰੇ ਨੂੰ ਫਿਲੋਸਫਾਈਜ਼ ਕਰਦੇ ਆ ਕਿ ਇੰਝ ਤਾਂ ਫਿਰ ਕੋਈ ਤਰਕ ਨਹੀਂ ਬਚ ਸਕਦਾ, ਫਿਰ ਜਿਹੜੀ ਇਹ ਨਾ ਦੀ ਵੀਰਾਨੀ ਹੈ ਇਹ ਜ਼ਿੰਦਗੀ ਨੂੰ ਬਰਬਾਦ ਕਰ ਦੇਵੇਗੀ, ਜ਼ਿੰਦਗੀ 'ਚੋਂ ਰਸ ਖਤਮ ਹੋ ਜਾਏਗਾ, ਮੀਨਿੰਗ ਨਹੀਂ ਰਹੇਗਾ ਕੋਈ ਵੀ, ਸਥਿਰਤਾ ਨਹੀਂ ਰਹੇਗੀ ਕੋਈ ਵੀ, ਫਿਰ ਕਿਸੇ ਗੱਲ ਦੀ ਕੋਈ ਪਕਿਆਈ ਨਹੀਂ ਰਹੇਗੀ। ਇਹ ਇਹ ਸਾਰੇ ਖਲਾਅ ਨੂੰ ਫਿਰ ਉਹ ਭਰਦੇ ਆ ਕਿ ਇੱਕ ਵਿਜਈ ਤਰਕ ਹੁੰਦਾ, ਇੱਕ ਜੇਤੂ ਤਰਕ ਹੁੰਦਾ ਜਿਹਦੇ ਉੱਤੇ ਕੋਈ ਤਰਕ ਨਹੀਂ ਹੁੰਦਾ, ਔਰ ਜਿਹੜਾ ਜੇਤੂ ਤਰਕ ਹੁੰਦਾ ਆ ਫਿਰ ਅੱਗੇ ਉਹਦੀ ਉਹ ਥੋੜ੍ਹੀ ਆਪਾਂ ਥੋੜ੍ਹੀ ਜਿਹੀ ਵਿਆਖਿਆ ਕਰਦੇ ਹਾਂ ਉਹ ਕੀ ਕਹਿੰਦੇ, ਉਹ ਕਹਿੰਦੇ ਵੀ ਉਹ ਜੇਤੂ ਤਰਕ ਜਿਹੜਾ ਹੁੰਦਾ ਆ ਉਹਦੀ ਜੜ੍ਹ ਅੰਤਮ ਹੈ ਵਿੱਚ ਲੱਗੀ ਹੁੰਦੀ। ਇਹ ਅੰਤਮ ਹੈ ਵੀ ਆਪਣੇ ਆਪ ਵਿੱਚ ਭਾਵੇਂ ਇੱਕ ਉਸ ਤਰ੍ਹਾਂ ਦੀ ਇਸਤਲਾਹ ਆ ਕਿ ਜਦੋਂ ਆਪਾਂ ਕਹਿੰਦੇ ਸਤਨਾਮ, ਸਤਨਾਮ ਦਾ ਅਰਥ ਹੈ ਕਿ ਅਕਾਲ ਪੁਰਖ ਦਾ ਨਾਮ ਸੱਚਾ ਹੈ, ਸੱਚਾ ਤੋਂ ਭਾਵ ਕਿ ਜਿਹਨੇ ਮਿਟਣਾ ਨਹੀਂ ਜੋ ਰਹੇਗਾ, ਤਾਂ ਜਿਹੜਾ ਸਤਨਾਮ ਹੈ ਉਹ ਰਹਿਣ ਵਾਲੀ ਚੀਜ਼ ਹੈ, ਉਹ ਅੰਤਮ ਹੈ, ਬਾਕੀ ਸਾਰਾ ਕੁਝ ਨਾਸ ਹੋ ਜਾਏਗਾ, ਉਹ ਨਹੀਂ ਹੋਏਗਾ ਤਾਂ ਫਿਰ ਉਹ ਅੰਤਮ ਹੈ ਆ। ਅਤੇ ਜਿਹੜੀ ਉਹ ਅੰਤਮ ਹੈ ਆ ਜਿਤੋਂ ਉਰਾਂ ਵਾਲੀਆਂ ਸਾਰੀਆਂ ਹੈ ਨਾਂ ਵਿੱਚ ਬਦਲ ਜਾਣਗੀਆਂ, ਮੌਤ ਉਹਨਾਂ ਨੂੰ ਗ੍ਰਸ ਲਏਗੀ ਜਾਂ ਉਹਨਾਂ ਦੇ ਵਿੱਚੋਂ ਜ਼ਿੰਦਗੀ ਨੂੰ ਚੂਸ ਲਏਗੀ, ਅਤੇ ਜਿਹੜੀ ਚੀਜ਼ ਅਖੀਰ ਜ਼ਿੰਦਗੀ ਦਾ ਸੋਮਾ ਬਚੀ ਰਹੇਗੀ ਉਹ ਅਕਾਲ ਪੁਰਖ ਵਾਹਿਗੁਰੂ ਦਾ ਨਿਯਮ ਆ, ਜਿਹਨੂੰ ਆਪਾਂ ਸਤਨਾਮ ਕਹਿੰਦੇ ਵੀ ਉਹ ਸੱਚਾ ਆ, ਸੱਚਾ ਭਾਵ ਕਿ ਉਹਨੇ ਮਿਟਣਾ ਨਹੀਂ, ਉਹ ਝੂਠਾ ਨਹੀਂ। ਤਾਂ ਮਹਿਬੂਬ ਸਾਹਿਬ ਕਹਿੰਦੇ ਕਿ ਇੱਕ ਤਰਕ ਜਿਹੜਾ ਆ ਉਹ ਅਧਿਆਤਮਕ ਅਨੁਭਵ ਵਿੱਚੋਂ ਵੀ ਪ੍ਰਾਪਤ ਹੁੰਦਾ, ਜਿਵੇਂ ਇਕਬਾਲ ਸਾਹਿਬ ਦਾ ਵੀ ਇਸ ਤਰ੍ਹਾਂ ਦਾ ਕਮੈਂਟ ਆ ਕਿ ਜਿਹੜਾ ਜਿਹੜੀ ਅਧਿਆਤਮਿਕਤਾ ਹੁੰਦੀ ਹੈ ਉਹਦਾ ਵੀ ਤਰਕ ਹੁੰਦਾ ਆ, ਉਹਦੀ ਵੀ ਕੋਈ ਫਿਲਾਸਫੀ ਹੁੰਦੀ ਹੈ। ਇਹ ਮੈਂ ਇਸ ਕਰਕੇ ਕਹਿ ਰਿਹਾ ਕਿ ਜਦੋਂ ਯੂਨੀਵਰਸਿਟੀ ਕਲਚਰ ਆਇਆ ਆ ਅਤੇ ਜਿਹੜਾ ਅਧਿਆਤਮਿਕ ਅਨੁਭਵ ਵਾਲਾ ਵਿਅਕਤੀ ਹੁੰਦਾ ਆ ਉਹ ਇਸ ਬੌਧਿਕ ਇਸ ਸਾਰੇ ਤਾਣੇ ਬਾਣੇ ਦੇ ਸਾਹਮਣੇ ਲਗਭਗ ਰੱਦ ਹੋਈ ਪਰਸਨੈਲਿਟੀ ਵਜੋਂ ਵਿਚਰਦਾ ਹੈ। ਉਹ ਇਸ ਕਰਕੇ ਕਿ ਬੌਧਿਕਤਾ ਦੇ ਇਸ ਪ੍ਰਚਲਿਤ ਜਿਹੜਾ ਪ੍ਰੋਪੇਗੇਟਡ ਮਾਡਲ ਆ ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਅਧਿਆਤਮਿਕਤਾ ਨੂੰ ਮੰਨਣ ਵਾਲੇ ਆ ਇਹਨਾਂ ਦੇ ਕੋਲ ਕੋਈ ਤਰਕ ਨਹੀਂ ਹੁੰਦਾ ਅਤੇ ਜ਼ਿੰਦਗੀ ਜਿਹੜੀ ਉਹ ਤਰਕ ਨਾਲ ਚੱਲਦੀ ਆ। ਅਤੇ ਫਿਰ ਮਹਿਬੂਬ ਸਾਹਿਬ ਉਸ ਸਵਾਲ ਦਾ ਜਵਾਬ ਦਿੰਦੇ ਆ, ਜੇ ਮੈਂ ਤੁਹਾਨੂੰ ਸ਼ੁਰੂ ਦੱਸ ਕੇ ਹਟਿਆ ਕਿ ਇਹ ਵੈਸਟਰਨ ਫਿਲੋਸਫੀ ਦੇ ਆਉਣ ਨਾਲ ਕਈ ਰੋਗ ਵੀ ਸੁਸਾਇਟੀ ਵਿੱਚ ਆਉਂਦੇ ਆ। ਉਹ ਫਿਰ ਦੱਸਦੇ ਆ ਕਿ ਇਹਦੇ ਕੋਲ ਵੀ ਕੋਈ ਤਰਕ ਹੁੰਦਾ ਆ, ਜਦੋਂ ਨਾਮ ਦਾ ਰਸ ਜਿਹੜਾ ਆ ਉਹ ਸਾਡੀ ਹਸਤੀ ਦੇ ਉੱਤੇ ਚੜ੍ਹਨਾ ਸ਼ੁਰੂ ਹੁੰਦਾ ਆ ਅਤੇ ਜਿਹੜੀ ਮਨ ਦੀ ਖਿੰਡੀ ਹੋਈ ਹਾਲਤ ਆ, ਮਨ ਦਾ ਜਿਹੜਾ ਖਿੰਡਾ ਆ, ਇਹ ਅੱਜ ਕੱਲ੍ਹ ਤਾਂ ਲਿਟਰੇਚਰ 'ਚ ਵੀ ਵਰਤਿਆ ਜਾਣ ਲੱਗ ਪਿਆ ਕਿ ਰਿਸ਼ਤਿਆਂ ਦੀ ਟੁੱਟ ਭੱਜ, ਮਨ ਦਾ ਖਿੰਡਾ, ਇਹ ਕਾਫੀ ਚਰਚਾ ਜਾਂ ਕੁਝ ਵਿਦਵਾਨ ਬੱਚੇ ਪੜ੍ਹ ਰਹੇ ਹੋਣਗੇ। ਅਤੇ ਉਹ ਮਨ ਦਾ ਜਿਹੜਾ ਖਿੰਡਿਆ ਹੋਇਆ ਸਾਰਾ ਕਿਣਕਾ ਕਿਣਕਾ ਹੋ ਕੇ ਖਿਲਰਿਆ ਹੋਇਆ ਰੂਪ ਆ ਉਹ ਵਾਪਸ ਇਸ ਦੇਹ ਦੇ ਅੰਦਰ ਸਥਿਤ ਹੋਣਾ ਸ਼ੁਰੂ ਹੋ ਜਾਂਦਾ ਅਤੇ ਮਨ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ, ਮਨ ਜੁੜਨਾ ਸ਼ੁਰੂ ਹੋ ਜਾਂਦਾ। ਜਿੰਨਾ ਬਾਹਰਲੀਆਂ ਦਿਸਦੀਆਂ ਚੀਜ਼ਾਂ ਨਾਲ ਜੁੜਿਆ ਹੋਇਆ ਮਨ ਆ ਉਹ ਉੱਥੋਂ ਵਾਪਸ ਆਪਣੇ ਘਰ ਵਿੱਚ ਆ ਕੇ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ। ਅਤੇ ਉਹ ਜਿੰਨਾ ਗਿਆਨ ਉਹਨੇ ਹਾਸਲ ਕੀਤਾ ਆ ਉਹ ਗਿਆਨ ਬਾਹਰੀ ਗਿਆਨ ਦੇ ਵਜੋਂ ਉਹਦੇ ਸਾਹਮਣੇ ਸਪਸ਼ਟ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਅੰਦਰ ਵੀ ਕੋਈ ਦੁਨੀਆ ਆ ਜਿਹੜੀ ਇਸ ਬਾਹਰਲੀ ਦੁਨੀਆ ਨਾਲੋਂ ਜ਼ਿਆਦਾ ਰੌਚਕ ਆ ਜਾਂ ਜ਼ਿਆਦਾ ਨਹੀਂ ਵੀ ਆ, ਵੀ ਉਹਦਾ ਵੀ ਕੋਈ ਸੱਚ ਹੈ ਅੰਦਰਲੀ ਦੁਨੀਆ ਤੋਂ ਭਾਵ ਕਿ ਮਨੁੱਖ ਜਦੋਂ ਆਪਣੇ ਮੂਲ ਵਜੂਦ ਨਾਲ ਜੁੜਦਾ ਆ ਜਿੱਥੋਂ ਉਹਨੇ ਸਾਰਾ ਫਲਾਹ ਹਾਸਲ ਕਰਕੇ ਇੱਕ ਹਸਤੀ ਬਣਾਈ ਹੁੰਦੀ ਆ ਉਸ ਮੂਲ ਵਜੂਦ ਦਾ ਗਿਆਨ ਉਹਨੂੰ ਹਾਸਲ ਹੋਣਾ ਸ਼ੁਰੂ ਹੁੰਦਾ ਆ, ਜਿਹਨੂੰ ਅਗਲੀਆਂ ਅਵਸਥਾਵਾਂ ਬਹੁਤ ਉੱਚੀਆਂ ਅਵਸਥਾਵਾਂ 'ਤੇ ਬ੍ਰਹਮ ਗਿਆਨ ਕਿਹਾ ਗਿਆ। ਤਾਂ ਉਹਨਾਂ ਨੇ ਕਿਹਾ ਕਿ
ਜਿਹੜੇ ਅਧਿਆਤਮਿਕ ਅਨੁਭਵ ਵਾਲੇ ਪੁਰਸ਼ ਹਨ ਇਹਨਾਂ ਦੇ ਕੋਲ ਇੱਕ ਤਰਕ ਹੁੰਦਾ ਆ ਜਿਹਦੀ ਜੜ ਅੰਤਮ ਹੈ ਵਿੱਚ ਲੱਗੀ ਹੁੰਦੀ ਹੈ, ਜਿਹਦਾ ਕਰਕੇ ਉਹ ਜਿਹੜਾ ਤਰਕ ਹੈ ਉਹ ਵਿਜਈ ਹੁੰਦਾ ਆ, ਉਸ ਤੋਂ ਉੱਪਰ ਹੋਰ ਕੋਈ ਤਰਕ ਨਹੀਂ ਹੁੰਦਾ ਜਿਹੜਾ ਉਹਨੂੰ ਰੱਦ ਕਰ ਸਕੇ, ਕਿਉਂਕਿ ਹੋਰ ਛੋਟੀਆਂ ਦਲੀਲਾਂ ਜਿਹੜੀਆਂ ਉਹ ਰੱਦ ਕੀਤੀਆਂ ਜਾ ਸਕਦੀਆਂ। ਅਤੇ ਇਹਦੀ ਬਸ ਇਹਦੀ ਲਾਸਟ ਗੱਲ ਜਿਹੜੀ ਇਹ ਵਿਜਈ ਤਰਕ ਦੇ ਸੰਬੰਧ ਵਿੱਚ ਮੈਂ ਕਹਿਣਾ ਚਾਹੁੰਦਾ ਉਹ ਇਹ ਹੈ ਕਿ ਉਹ ਕਹਿੰਦੇ ਕਿ ਵਿਜਈ ਤਰਕ ਜਿਹੜੀਆਂ ਕੌਮਾਂ ਕੋਲ ਵਿਜਈ ਤਰਕ ਹੁੰਦਾ ਆ ਉਹਦੇ ਹਿਸਾਬ ਨਾਲ ਹੀ ਉਹਨਾਂ ਦੀ ਸੱਭਿਅਤਾ ਦਾ ਮਿਆਰ ਹੁੰਦਾ ਆ। ਸੱਭਿਅਤਾ ਦੇ ਮਿਆਰ ਤੋਂ ਭਾਵ ਕਿ ਉਹਨਾਂ ਦੀ ਜਿਹੜੀ ਜਨਰਲ ਨੈਤਿਕਤਾ ਜਿਹੜੀ ਆਮ ਵਿਹਾਰ ਵਿੱਚ, ਜਿਵੇਂ ਸਿੱਖਾਂ ਦੀ ਜਿਹੜੀ ਪੁਰਾਤਨ ਸਿੱਖਾਂ ਦੀ 18ਵੀਂ ਸਦੀ ਦੇ ਸਿੱਖਾਂ ਦੀ, ਜਾਂ ਇੱਕ ਐਗਜ਼ਾਮਪਲ ਸਿੱਧੀ ਹੈਗੀ ਸਾਡੇ ਕੋਲ ਹਰੀ ਸਿੰਘ ਨਲੂਏ ਦੀ ਜਿਹੜੀ ਸਾਖੀ ਵਾਪਰਦੀ ਆ ਅਫਗਾਨਿਸਤਾਨ ਦੇ ਵਿੱਚ, ਉਹਨਾਂ ਦੀ ਨੈਤਿਕਤਾ ਦਾ ਪੱਧਰ ਜਿਹੜਾ ਆ ਉਹ ਉਹਨਾਂ ਦੇ ਵਿਜਈ ਤਰਕ ਕਰਕੇ ਹੁੰਦਾ। ਤੋ ਕਹਿੰਦੇ ਵੀ ਕੌਮਾਂ ਦੀ ਸੱਭਿਅਤਾ ਦੇ ਮਿਆਰ ਉਹਨਾਂ ਦੇ ਵਿੱਚ ਚੱਲਣ ਵਾਲੇ ਵਿਜਈ ਤਰਕ ਕਰਕੇ ਹੁੰਦੇ ਆ। ਇੱਕ ਇਹਦਾ ਉਹ ਜਿਹੜਾ ਤੀਸਰਾ ਨਕਸ਼ ਬਿਆਨ ਕਰਦੇ ਆ ਉਹ ਹੈਗਾ ਬੇਮਿਸਾਲ ਸਾਦਗੀ। ਬੇਮਿਸਾਲ ਸਾਦਗੀ ਇਹਦੀ ਇਗਜ਼ਾਮਪਲ ਜਿਵੇਂ ਲੈ ਲਓ ਵੀ ਜਿਵੇਂ ਜਿਹੜੇ ਬੰਦਗੀ ਕਰਨ ਵਾਲੇ ਪੁਰਸ਼ ਹੁੰਦੇ ਆ ਅਤੇ ਇੱਕ ਜਿਹੜਾ ਮਾਡਰਨ ਬੰਦਾ ਹੁੰਦਾ ਆ, ਉਹਦੇ ਵਿੱਚ ਇੱਕ ਫਰਕ ਤੁਹਾਨੂੰ ਦਿਸਣਾ ਸ਼ੁਰੂ ਹੋ ਜਾਂਦਾ ਹੈ। ਬੰਦਗੀ ਕਰਨ ਨਾਲ ਹੌਲੀ ਹੌਲੀ ਜਿਹੜੇ ਉਹ ਖੱਦਰ ਦੇ ਕੱਪੜੇ ਪੈਣੇ ਸ਼ੁਰੂ ਹੋ ਜਾਂਦੇ ਆ, ਰੰਗ ਘਟਣੇ ਸ਼ੁਰੂ ਹੋ ਜਾਂਦੇ, ਹੌਲੀ ਹੌਲੀ ਸਫੇਦ ਦਸਤਾਰ ਸਫੇਦ ਕੱਪੜਿਆਂ 'ਤੇ ਆ ਜਾਂਦਾ ਇਹ ਬੰਦਾ, ਹੋਰ ਕਈ ਤਰ੍ਹਾਂ ਦੇ ਅਡੰਬਰ ਜਿਹੜੇ ਜ਼ਿੰਦਗੀ ਵਿੱਚ ਚੱਲਦੇ ਉਹ ਘਟਣੇ ਸ਼ੁਰੂ ਹੋ ਜਾਂਦੇ ਆ। ਅਤੇ ਉਹ ਜਿਹੜੀ ਬੇਮਿਸਾਲ ਸਾਦਗੀ, ਜਿਵੇਂ ਮਨੁੱਖ ਜਦੋਂ ਇਸ ਧਰਤੀ 'ਤੇ ਆਉਂਦਾ ਆ ਜਨਮ ਲੈਂਦਾ ਆ, ਜਿਵੇਂ ਜਿਹੜੀ ਉਹਦੀ ਅਵਸਥਾ ਉਸ ਵੇਲੇ ਹੁੰਦੀ ਹੈ ਜਦੋਂ ਉਹਦੇ ਉੱਪਰ ਕਿਸੇ ਵੀ ਸੱਭਿਅਤਾ ਦੇ ਨੈਤਿਕ ਨਿਯਮ ਨੇ ਆਪਣਾ ਪਰਦਾ ਨਹੀਂ ਪਾਇਆ ਹੁੰਦਾ, ਉਸ ਬੇਮਿਸਾਲ ਸਾਦਗੀ ਵੱਲ ਨੂੰ ਉਹ ਵਧਣਾ ਸ਼ੁਰੂ ਕਰਦਾ ਆ ਜਿਹੜਾ ਅਧਿਆਤਮਿਕ ਪੁਰਸ਼ ਹੁੰਦਾ, ਅਧਿਆਤਮਿਕ ਵਿਅਕਤੀ ਕੋਈ ਵੀ। ਉਹ ਕਹਿੰਦੇ ਕਿ ਇਹਦੇ ਨਾਲ ਇੱਕ ਬੇਮਿਸਾਲ ਸਾਦਗੀ ਜਿਹੜੀ ਖਾਲਸ ਕੁਦਰਤ ਦੇ ਰਾਹੀਂ ਸਿਰਜੀ ਜਾਂਦੀ ਹੈ। ਇੱਕ ਪਾਸੇ ਗੁਰੂ ਸਾਹਿਬ ਬਾਦਸ਼ਾਹ ਦਰਵੇਸ਼ ਅਖਵਾਉਂਦੇ ਨੇ ਅਤੇ ਇੱਕ ਪਾਸੇ ਮਾਛੀਵਾੜੇ ਦੇ ਜੰਗਲਾਂ ਵਿੱਚ ਟਿੰਡ ਦਾ ਸਿਰਹਾਣਾ ਲਾ ਕੇ ਪੁੰਜੇ ਆਸਣ ਲਾਉਂਦੇ ਨੇ। ਇਹ ਬੇਮਿਸਾਲ ਸਾਦਗੀ ਦੀ ਇੱਕ ਹੋਰ ਇਗਜ਼ਾਮਪਲ ਹੈ। ਬੇਮਿਸਾਲ ਸਾਦਗੀ ਕੌਮ ਨੂੰ ਸੰਤੁਲਨ ਬਖਸ਼ਦੀ ਹੈ। ਚੌਥਾ ਜਿਹੜਾ ਨਕਸ਼ਾ ਹੈ ਉਹ ਹੈ ਸਿਦਕ ਪ੍ਰਬਲਤਾ। ਸਿਦਕ ਪ੍ਰਬਲਤਾ ਕੀ ਹੈ ਕਿ ਜਦੋਂ ਮਨੁੱਖ ਆਪਣੀ ਹਸਤੀ ਤੋਂ ਵਾਕਫ ਹੁੰਦਾ ਆ ਅਤੇ ਉਹਦੇ ਸਾਹਮਣੇ ਇਸ ਹਸਤੀ ਦੇ ਮਿਟ ਜਾਣ ਦਾ ਭੈਅ ਹੁੰਦਾ ਹੈ, ਉਹ ਇਸ ਭੈਅ ਤੋਂ ਤਾਂ ਹੀ ਮੁਕਤ ਹੋ ਸਕਦਾ ਆ ਜੇ ਉਹਨੂੰ ਮੌਤ ਤੋਂ ਪਾਰਲੇ ਕਿਸੇ ਜਗਤ ਦਾ ਧਰਵਾਸ ਮਿਲੇ ਕਿ ਉੱਥੇ ਪੈਗੰਬਰ ਜਾਂ ਗੁਰੂ ਜਾਂ ਉਹ ਦੇਵੀ ਇਲਹਾਮ ਜਿਹੜਾ ਸਾਹਮਣੇ ਜਿਹਨੂੰ ਨਤਮਸਤਕ ਹੈ ਉਹਦੀ ਬੌੜੀ ਕਰੇਗਾ। ਉਹ ਕਹਿੰਦੇ ਕਿ ਖਾਲਸ ਕੁਦਰਤ ਉਹ ਧਰਵਾਸ ਉਹ ਸਿਦਕ ਬੰਦੇ ਨੂੰ ਬਖਸ਼ਦੀ ਹੈ। ਉਸ ਸਿਦਕ ਕਰਕੇ ਹੀ ਵੱਡੀਆਂ ਜੰਗਾਂ ਲੜੀਆਂ ਜਾਂਦੀਆਂ, ਉਸ ਸਿਦਕ ਕਰਕੇ ਹੀ ਵੱਡਾ ਜੀਵਨ ਜ਼ਿੰਦਗੀ ਵਿੱਚ ਸਿਰਜਿਆ ਜਾਂਦਾ। ਜੇ ਉਹ ਸਿਦਕ ਨਾ ਹੋਵੇ ਤਾਂ ਕੋਈ ਵੀ ਕੌਮ ਆਪਣਾ ਜਿਹੜਾ ਵੱਡਾ ਜਲਵਾ ਆ ਉਹ ਧਰਤੀ 'ਤੇ ਪੈਦਾ ਨਹੀਂ ਕਰ ਸਕਦੀ। ਪੰਜਵਾਂ ਇਹਦਾ ਉਹਨਾਂ ਨੇ ਦੱਸਿਆ ਜੀ ਵਿਸਮਾਦ ਨਕਸ਼। ਵਿਸਮਾਦ ਨਕਸ਼ ਦੀ ਸਿੱਧੀ ਇਗਜ਼ਾਮਪਲ ਕਿ ਜਿਵੇਂ ਕਈ ਜਿਹੜੇ ਬੰਦਗੀ ਕਰਨ ਵਾਲੇ ਮਹਾਂਪੁਰਖ ਹੁੰਦੇ ਆ ਉਹਨਾਂ ਦੀ ਤੋਰ ਦੇ ਵਿੱਚ ਇੱਕ ਮਸਤੀ ਆ ਜਾਂਦੀ ਹੈ, ਉਹਨਾਂ ਦੀ ਨਿਗਾਹ ਦੇ ਵਿੱਚ ਇੱਕ ਮਸਤੀ ਆ ਜਾਂਦੀ ਹੈ, ਉਹ ਵਿਸਮਾਦ ਦੀ ਹਾਲਤ ਕਰਕੇ ਹੈ। ਜਿਹੜੀ ਇਹ ਵਿਸਮਾਦ ਦੀ ਹਾਲਤ ਹੈ ਇਹ ਦਰਸਾਉਂਦੀ ਹੈ ਕਿ ਇਹਨਾਂ ਨੇ ਸਾਰੇ ਭੈ ਉਹ ਸਾਰੇ ਡਰ ਉਹ ਸ਼ੰਕੇ ਜਿੱਤ ਲਏ ਆ ਜਿਨ੍ਹਾਂ ਦੇ ਨਾਲ ਮਨੁੱਖ ਡਾਵਾਂ ਡੋਲ ਹੁੰਦਾ ਹੈ, ਉਹਦਾ ਕਰਕੇ ਉਹ ਮਸਤੀ ਦੇ ਆਲਮ ਵਿੱਚ ਤੁਰਦੇ ਆ। ਤੋ ਇਹ ਮੈਂ ਸਰਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਇਸ ਕਰਕੇ ਇਹ ਸੌਖੀ ਗੱਲ ਕਰ ਰਿਹਾ ਵੀ ਇਹ ਪੰਜ ਨਕਸ਼ ਨੇ। ਛੇਵਾਂ ਨਕਸ਼ ਜਿਹੜਾ ਆ ਉਹ ਗੁਰਮੁਖ ਹੈ, ਖਾਲਸ ਕੁਦਰਤ ਦਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਵੱਡੀਆਂ ਚੀਜ਼ਾਂ ਨੇ, ਇੱਕ ਪਾਸੇ ਗੁਰੂ ਹੈ ਅਤੇ ਇੱਕ ਪਾਸੇ ਗੁਰਮੁਖ ਹੈ। ਗੁਰਮੁਖ ਹੋਇਆ ਜਿਹਦੇ ਮੁੱਖ ਤੋਂ ਗੁਰੂ ਝਲਕਣ ਲੱਗ ਪਵੇ, ਜਦੋਂ ਕਿਸੇ ਦੇ ਮੁੱਖ ਵਿੱਚੋਂ ਉਹਦੇ ਨੈਣ ਨਕਸ਼ਾ ਵਿੱਚੋਂ, ਅਗਲੀ ਗੱਲ ਉਹਦੇ ਬੋਲਾਂ ਵਿੱਚੋਂ ਉਹਦੇ ਕਰਮ ਵਿੱਚੋਂ
ਉਹਦੇ ਦੁਆਰਾ ਇਤਿਹਾਸ ਵਿੱਚ ਪਾਏ ਗਏ ਯੋਗਦਾਨ ਵਿੱਚੋਂ ਗੁਰੂ ਦਾ ਝਲਕਾ ਵੱਜੇ ਤਦ ਉਹ ਗੁਰਮੁਖ ਹੈ। ਅਤੇ ਉਹ ਕਹਿੰਦੇ ਕਿ ਇਹ ਪੰਜ ਚੀਜ਼ਾਂ, ਜਿਵੇਂ ਗੁਰੂ ਨਾਨਕ ਸਾਹਿਬ ਨੂੰ ਜਦੋਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਕਿਉਂ ਉਦਾਸੀ ਕਰ ਰਹੇ ਹੋ, ਉਹ ਕਹਿੰਦੇ ਮੈਂ ਗੁਰਮੁਖ ਦੀ ਖੋਜ ਵਿੱਚ ਉਦਾਸੀਆਂ ਕਰ ਰਿਹਾ। ਗੁਰੂ ਨਾਨਕ ਸਾਹਿਬ ਜਿੱਥੇ ਕੁਰਾਨ ਦਾ ਪ੍ਰਕਾਸ਼ ਸੀ ਉੱਥੇ ਗਏ, ਜਿੱਥੇ ਗੀਤਾ ਦਾ ਪ੍ਰਕਾਸ਼ ਸੀ ਉੱਥੇ ਗਏ, ਜਿੱਥੇ ਬੁੱਧ ਦਾ ਪ੍ਰਕਾਸ਼ ਸੀ ਉੱਥੇ ਗਏ, ਯੋਗੀਆਂ ਨੂੰ ਮਿਲੇ, ਹਰ ਜਗ੍ਹਾ 'ਤੇ ਉਹਨਾਂ ਨੇ ਗੁਰਮੁਖ ਦੀ ਤਲਾਸ਼ ਕੀਤੀ। ਇੰਨੇ ਵੱਡੇ ਨਿਯਮ ਧਰਤੀ 'ਤੇ ਆ ਚੁੱਕੇ ਸੀ ਪਰ ਗੁਰਮੁਖ ਉਹਨਾਂ ਨੂੰ ਨਹੀਂ ਮਿਲਦਾ, ਇਸ ਕਰਕੇ ਉਦਾਸ ਨੇ, ਇਹੀ ਉਦਾਸੀ ਦਾ ਮਤਲਬ ਹੈ। ਅਤੇ ਉਦਾਸੀ ਗੁਰਮੁਖ ਦੀ ਭਾਲ ਵਿੱਚ ਹੈ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮੁਖ ਵੱਡੀ ਚੀਜ਼ ਹੈ। ਅਤੇ ਮਹਿਬੂਬ ਸਾਹਿਬ ਕਹਿੰਦੇ ਕਿ ਜਿਹੜਾ ਖਾਲਸ ਕੁਦਰਤ ਹੈ ਜਿਹਦੇ ਨਾਲ ਤੁਸੀਂ ਕਿਸੇ ਧਰਮ ਨੂੰ, ਕਿਸੇ ਪੈਗੰਬਰ ਨੂੰ ਉਹਦਾ ਮੁਲੰਕਣ ਕਰਨਾ ਹੈ, ਅਤੇ ਉਹਦਾ ਇੱਕ ਜਿਹੜਾ ਇਹ ਵੱਡਾ ਇਹ ਪੱਖ ਹੈ ਉਹ ਹੈ ਵਿਸਮਾਦ ਨਕਸ਼। ਇਸ ਤਰ੍ਹਾਂ ਸੰਖੇਪ ਕਰ ਅਕਾਲ ਫਤਿਹ ਦਾ ਮੈਂ ਬਹੁਤ ਸੰਖੇਪ ਦੱਸ ਦਿਆਂਗਾ ਤੁਹਾਨੂੰ। ਅਕਾਲ ਫਤਿਹ ਦੂਸਰਾ ਕੰਸੈਪਟ ਸੀਗਾ ਜਿਹਦੇ ਬਾਰੇ ਮੈਂ ਗੱਲ ਕਰਨੀ ਸੀ। ਉਹ ਕਹਿੰਦੇ ਕਿ ਅਕਾਲ ਫਤਿਹ ਵੀ ਇਸੇ ਤਰ੍ਹਾਂ ਹੀ ਬੜਾ ਇੱਕ ਸੂਖਮ ਪਸਾਰ ਰੱਖਣ ਵਾਲਾ ਸੰਕਲਪ ਆ। ਇਹਦੇ ਵਿੱਚ ਇਹਦੀਆਂ ਪੰਜ ਤਰ੍ਹਾਂ ਦੀਆਂ ਤੈਹਾਂ ਕਹਿ ਲਓ, ਜਾਂ ਪੰਜ ਤਰ੍ਹਾਂ ਦੀਆਂ ਇਹਦੀਆਂ ਵੱਖ ਵੱਖ ਜਿਵੇਂ ਇੱਕ ਰੰਗ ਦੀਆਂ ਪੰਜ ਸ਼ੇਡਸ ਹੋਣ। ਉਹ ਕਹਿੰਦੇ ਵੀ ਜਿਹੜਾ ਅਨੁਭਵ ਜਾਂ ਜਿਹੜਾ ਖਿਆਲ ਅੰਤਮ ਹੈ ਤੋਂ ਦੂਰੀ 'ਤੇ ਵਿਆਪ ਰਿਹਾ, ਜਿਹੜੇ ਖਿਆਲ ਨੂੰ ਵਿਜੈਈ ਤਰਕ ਨਸੀਬ ਨਹੀਂ ਹੋਇਆ, ਉਹਦੇ ਅੰਦਰ ਜਿਹੜੀ ਵਿਆਕੁਲਤਾ ਵਾਪਰਦੀ ਹੈ ਉਹਨੂੰ ਧਰਵਾਸ ਦੇਣਾ ਇਸ ਅਕਾਲ ਫਤਿਹ ਦਾ ਇਹਦੀ ਪਹਿਲੀ ਨਿਸ਼ਾਨੀ ਹੈ। ਕਿ ਜੇ ਕੋਈ ਬੌਧਿਕ ਤੌਰ 'ਤੇ ਉਸ ਮਾਰਗ 'ਤੇ ਤੁਰਨ ਦੀ ਕੋਸ਼ਿਸ਼ ਕਰਦਾ ਅਤੇ ਉਹਦੀਆਂ ਸਾਰੀਆਂ ਦਲੀਲਾਂ ਦੂਸਰੀ ਦਲੀਲਾਂ ਨਾਲ ਰੱਦ ਹੋਈ ਜਾਂਦੀਆਂ ਅਤੇ ਭਟਕਣ ਦਾ ਸ਼ਿਕਾਰ ਹੁੰਦਾ ਆ ਖਿਆਲ ਵੀ ਅਤੇ ਉਹਦੀ ਬੌਧਿਕਤਾ ਵੀ, ਤਾਂ ਫਿਰ ਉਹਨੂੰ ਜੇ ਧਰਵਾਸ ਨਹੀਂ ਮਿਲਦਾ ਤਾਂ ਇਹਦਾ ਮਤਲਬ ਹੈ ਕਿ ਉਹ ਅਕਾਲ ਫਤਿਹ ਤੋਂ ਦੂਰੀ 'ਤੇ ਵਿਆਪ ਰਿਹਾ, ਦੂਰੀ 'ਤੇ ਚੱਲ ਰਿਹਾ। ਅਤੇ ਅਕਾਲ ਫਤਿਹ ਦਾ ਪਹਿਲਾ ਕੰਮ ਆ ਕਿ ਇਹਨਾਂ ਖਿਆਲਾਂ ਦੀ ਭਟਕਣ ਨੂੰ, ਤਰਕ ਵਿਤਰਕ ਦੀ ਜਿਹੜੀ ਆਪਸ ਵਿੱਚ ਦਵੰਦਤਾ ਆ ਇਹਨੂੰ ਖਤਮ ਕਰਨ ਦੇ ਵਿੱਚ ਉਹ ਯੋਗਦਾਨ ਪਾਵੇ। ਜਿੱਥੇ ਇਹ ਤਰਕ ਵਿਤਰਕ ਖਤਮ ਹੁੰਦਾ ਆ ਉੱਥੇ ਸਮਝ ਲਓ ਕਿ ਉੱਥੇ ਅਕਾਲ ਫਤਿਹ ਦਾ ਪਹਿਲਾ ਨਿਸ਼ਾਨ ਪ੍ਰਗਟ ਹੋ ਗਿਆ। ਦੂਸਰਾ ਉਹਦਾ ਇਹਨਾਂ ਨੇ ਪੱਖ ਦੱਸਿਆ, ਨਿੱਕੀ ਤੋਂ ਨਿੱਕੀ ਚੀਜ਼ ਵਿੱਚ ਸਿਦਕ ਉਪਜਾਉਣਾ ਅਤੇ ਹੁਕਮ ਦਾ ਦੀਦਾਰ ਕਰਨਾ। ਹੁਣ ਜਿਹੜੇ ਸਿਦਕ ਦੀ ਗੈਰ ਹਾਜ਼ਰੀ ਵਿੱਚ ਬੰਦਾ ਛੋਟੇ ਜਿਹੇ ਦੁੱਖ 'ਤੇ ਵੀ ਰੱਬ ਨੂੰ ਉਲਾਂਭੇ ਦਿੰਦਾ ਹੈ ਕਿ ਮੇਰੇ ਨਾਲ ਇਵੇਂ ਕਿਉਂ ਹੁੰਦਾ ਹੈ, ਉਹ ਸਿਦਕ ਜਦੋਂ ਉਹਦੇ ਕੋਲ ਆ ਜਾਂਦਾ ਆ ਤਾਂ ਫਿਰ ਉਹਦੇ ਉਲਾਂਭੇ ਮੁੱਕ ਜਾਂਦੇ ਆ, ਫਿਰ ਉਹਨੂੰ ਹੁਕਮ ਦੇ ਦੀਦਾਰ ਹੋ ਜਾਂਦੇ ਆ। ਅਤੇ ਇਹ ਅਕਾਲ ਫਤਿਹ ਤੋਂ ਬਗੈਰ ਨਹੀਂ ਹੋ ਸਕਦਾ। ਜਿਵੇਂ ਬੱਚਿਆਂ ਦੇ ਟੋਟੇ ਕਰਾ ਕੇ ਗਲ ਵਿੱਚ ਪਾਉਣਾ ਇਹ ਸਿਦਕ ਦੀ ਨਿਸ਼ਾਨੀ ਹੈ, ਇਹ ਸਾਡੇ ਵਡੇਰਿਆਂ ਨੇ ਕਰਕੇ ਵਿਖਾਇਆ ਹੈ। ਉਹਨਾਂ ਦਾ ਸਿਦਕ ਸੀ ਅਤੇ ਉਹਨਾਂ ਦਾ ਸਿਦਕ ਇਸ ਕਰਕੇ ਸੀ ਕਿਉਂਕਿ ਉਹਨਾਂ ਨੇ ਹੁਕਮ ਦਾ ਦੀਦਾਰ ਕਰ ਲਿਆ ਸੀ। ਉਹਨਾਂ ਨੇ ਹੁਕਮ ਦਾ ਦੀਦਾਰ ਇਸ ਕਰਕੇ ਕੀਤਾ ਸੀ ਕਿ ਪਿੱਛੇ ਗੁਰੂ ਨਾਨਕ ਸਾਹਿਬ ਦੀ ਅਕਾਲ ਫਤਿਹ ਖੜੀ ਸੀ। ਤੁੱਛਤਾ ਨੂੰ ਪਛਾਣ ਹੇਠ ਲਿਆਉਣਾ ਅਤੇ ਇਕਰਾਰ ਨਾਲ ਬੰਨ੍ਹਣਾ। ਕਈ ਵਾਰ ਜਿਹੜੀ ਬੰਦੇ ਨੂੰ ਆਪਣੀ ਨਿਮਰਤਾ ਆ ਜਾਂ ਜਿਹੜੀ ਆਪਣੇ ਤੁੱਛ ਹੋਣ ਦੀ ਜਿਹੜੀ ਪ੍ਰਬਲ ਜਾਣਕਾਰੀ ਆ ਇਹੀ ਉਹਨੂੰ ਕਈ ਵਾਰ ਰਸਾਤਲ ਵੱਲ ਲੈ ਜਾਂਦੀ ਹੈ ਕਿ ਮੈਂ ਇੰਨਾ ਛੋਟਾ ਹਾਂ ਕਿ ਮੈਂ ਇੰਨੀ ਵੱਡੀ ਚੀਜ਼ ਨੂੰ ਨਹੀਂ ਸਮਝ ਸਕਦਾ। ਤੋ ਮਹਾਰਾਜ ਨੇ ਜਿਵੇਂ ਬਖਸ਼ਿਸ਼ਾਂ ਕੀਤੀਆਂ ਨੇ, ਜਿਵੇਂ ਉਹਨਾਂ ਨੇ ਪਿੰਗਲਿਆਂ ਨੂੰ ਪਰਬਤ 'ਤੇ ਚੜ੍ਹਾਇਆ ਆ, ਜਾਂ ਜਿਵੇਂ ਉਹਨਾਂ ਨੇ ਘਾਈ ਦੇ ਉੱਤੇ ਬਖਸ਼ਿਸ਼ ਕਰਕੇ ਉਹਦੇ ਕੋਲ ਗੀਤਾ ਦੇ ਅਰਥ ਕਰਵਾ ਦਿੱਤੇ ਆ, ਤਾਂ ਉਹਦੇ ਨਾਲ ਇੱਕ ਧਰਵਾਸ ਵੱਜਦਾ ਆ, ਬੰਦਾ ਕਿਸੇ ਇਕਰਾਰ ਨਾਲ ਵੱਜਦਾ ਹੈ ਕਿ ਮੇਰਾ ਗੁਰੂ ਸਮਰੱਥ ਹੈ। ਇਸ ਤੁੱਛਤਾ ਨੂੰ, ਇਸ ਛੋਟੀ ਹਸਤੀ ਨੂੰ ਉਹ ਵੱਡੇ ਮੰਡਲਾਂ ਵਿੱਚ ਲਿਜਾ ਸਕਦਾ। ਉਸ ਤੋਂ ਅੱਗੇ ਵੀ ਖਾਲਸ ਵੱਜਦ ਹੈ, ਇਹ ਵੀ ਉਵੇਂ ਦੀ ਹਾਲਤ ਹੈ ਜਿਵੇਂ ਦੀ ਆਪਾਂ ਪਹਿਲਾਂ ਜ਼ਿਕਰ ਕਰਕੇ ਹਟੇ ਹਾਂ ਕਿ ਜਦੋਂ ਕਿਸੇ ਦੇ ਵਜੂਦ ਉੱਪਰ ਬਖਸ਼ਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਉਹਦਾ ਜਿਹੜਾ ਸਾਰਾ ਜਿਹੜੀ ਹਸਤੀ ਹੈ ਉਹ ਵਜਦ ਦੇ ਵਿੱਚ ਆ ਜਾਂਦੀ ਹੈ। ਜਿਵੇਂ ਰੂਮੀ ਦੇ ਜਿਹੜਾ ਸਿਲਸਿਲਾ ਪੈਦਾ ਹੋਇਆ ਉਹ ਜਿਵੇਂ ਵਰਲਿੰਗ ਸੇਂਟਸ ਜਿਨ੍ਹਾਂ ਨੂੰ ਕਿਹਾ ਜਾਂਦਾ ਅੱਜ ਕੱਲ੍ਹ, ਉਹ ਡਾਂਸ ਕਰਦੇ ਆ ਜਿਹੜਾ ਨਾਚ ਕਰਦੇ ਆ ਸੰਗੀਤ ਦੇ ਉੱਤੇ, ਉਹ ਵੀ ਇੱਕ ਵਜਦ ਦੀ ਇੱਕ ਐਗਜ਼ਾਮਪਲ ਹੈ। ਇਵੇਂ ਹੋਰ ਵੀ ਕਈ ਥਾਂ ਵਜਦ ਹੋ ਸਕਦਾ। ਤੋ ਸਿੱਖ ਸੁਰਤ ਜਿਹੜੀ ਆ ਉਹਨੂੰ ਵੀ ਵਜਦ ਦੀ ਬਖਸ਼ਿਸ਼ ਹੁੰਦੀ ਹੈ, ਇਹ ਕੀਰਤਨ ਦੇ ਰੂਪ ਵਿੱਚ, ਹੋਰ ਇਹਦੇ 'ਚ ਜਿਹੜੀਆਂ ਉਹ ਅਗਲੀਆਂ ਬਖਸ਼ਿਸ਼ਾਂ ਹੁੰਦੀਆਂ।
ਇਹਦੀ ਜਿਹੜੀ ਪੰਜਵੀਂ ਤੈਅ ਆ ਉਹ ਵੀ ਫਿਰ ਗੁਰਮੁਖ ਹੀ ਹੈ। ਤੋ ਗੁਰਮੁਖ ਨੇ ਇਹਨਾਂ ਚੀਜ਼ਾਂ ਨੂੰ ਧਰਤੀ 'ਤੇ ਪ੍ਰਗਟ ਕੀਤਾ। ਤੋ ਇਹ ਮੈਂ ਕਿਉਂਕਿ ਸਹਿਜੇ ਰਚੇ ਉਹ ਖਾਲਸਾ ਦੇ ਹਵਾਲੇ ਨਾਲ ਇਹ ਗੱਲਾਂ ਕਰ ਰਿਹਾ। ਗੁਰਮੁਖ ਹੀ ਖਾਲਸਾ ਸਜਿਆ, ਜਿਹੜੇ ਗੁਰੂ ਨਾਨਕ ਦੀ ਸ਼ੋਅ ਨਾਲ ਬਦਲੇ ਹੋਏ ਲੋਕ ਸਨ, ਜਿਨ੍ਹਾਂ ਦੀ ਹਸਤੀ ਦੇ ਵਿੱਚੋਂ ਗੁਰੂ ਨਾਨਕ ਦਾ ਨੂਰ ਝਰਨਾ ਸ਼ੁਰੂ ਹੋ ਗਿਆ, ਜਿਨ੍ਹਾਂ ਦੇ ਤੁਰਨ ਫਿਰਨ ਵਿੱਚੋਂ, ਜਿਨ੍ਹਾਂ ਦੇ ਚਿਹਰਿਆਂ ਵਿੱਚੋਂ ਗੁਰੂ ਦਾ ਝਲਕਾ ਵੱਜਣਾ ਸ਼ੁਰੂ ਹੋ ਗਿਆ, ਉਹ ਲੋਕ ਗੁਰਮੁਖ ਸਨ। ਔਰ ਉਹਨਾਂ ਨੂੰ ਹੀ 1699 ਨੂੰ ਖਾਲਸਾ ਸਾਜਿਆ ਗਿਆ। ਤੋ ਜਿਹੜਾ ਮਹਿਬੂਬ ਸਾਹਿਬ ਦਾ ਇਹ ਸਿਸਟਮ ਹੈ, ਇਹਦੇ ਵਿੱਚੋਂ ਸਿਰਫ ਆਪਾਂ ਦੋ ਬਾਰੇ ਗੱਲ ਕੀਤੀ ਹੈ, ਉਹ ਦੋ ਨੇ ਅਕਾਲ ਫਤਿਹ ਅਤੇ ਖਾਲਸ ਕੁਦਰਤ, ਜਿਹੜੀਆਂ ਗੁਰਮੁਖ ਦੇ ਵਿੱਚ ਆ ਕੇ ਪ੍ਰਗਟ ਹੁੰਦੀਆਂ ਨੇ, ਜਾਂ ਉਹਦੀ ਜਿਹੜੀ ਸਾਰੀ ਨਿਰਾਕਾਰਤਾ ਆ ਉਹ ਜਦੋਂ ਸਾਕਾਰ ਰੂਪ ਧਾਰਨ ਕਰਦੀ ਹੈ, ਜਿਹੜੀ ਅਬਸਟ੍ਰੈਕਸ਼ਨ ਹੈ ਜਦੋਂ ਉਹਨੂੰ ਇੱਕ ਵੱਜਵਾਂ ਸਰੀਰਕ ਰੂਪ ਮਿਲਦਾ ਆ, ਤਾਂ ਉਹ ਫਿਰ ਗੁਰਮੁਖ ਹੁੰਦਾ ਆ, ਉਹੀ ਬਾਅਦ 'ਚੋਂ ਖਾਲਸਾ ਬਣਦਾ। ਇਸ ਕਰਕੇ ਇਹਨੂੰ ਕਿਹਾ ਸਹਿਜੇ ਰਚਿਓ ਖਾਲਸਾ। ਇਹ ਸਾਰਾ ਕੁਛ ਵਾਪਰਨ ਦੇ ਲਈ ਇੱਕ ਨਿਯਮ, ਸਮੇਂ ਦਾ ਜੋ ਪ੍ਰੋਸੈਸ ਹੈ ਉਹਦੇ ਵੱਲ ਇਸ਼ਾਰਾ, ਵੀ ਸਹਿਜੇ ਰਚਿਓ ਖਾਲਸਾ। ਇਹ ਕੋਈ ਬਖਸ਼ਿਸ਼ ਹੋਈ ਹੈ ਖਾਲਸੇ ਦਾ ਸੱਜਣਾ, ਜਿਹਦੇ ਵਿੱਚ ਇਹ ਦੋ ਚੀਜ਼ਾਂ ਕੰਮ ਕਰ ਰਹੀਆਂ ਨੇ, ਜਿਹਦੇ ਵਿੱਚੋਂ ਖਾਲਸ ਕੁਦਰਤ ਅਤੇ ਅਕਾਲ ਫਤਿਹ ਆਪਾਂ ਅੱਜ ਜ਼ਿਕਰ ਕੀਤਾ ਹੈ। ਅੱਗੇ ਸਮਾਂ ਮਿਲੇਗਾ, ਅਕਾਲ ਪੁਰਖ ਬਖਸ਼ਿਸ਼ ਕਰੇ, ਆਪਾਂ ਬਾਕੀ ਚੀਜ਼ਾਂ ਵੀ ਡਿਸਕਸ ਕਰਾਂਗੇ। ਹੋਰ ਵੀ ਹੈਨ ਬਹੁਤ ਸਾਰੇ ਸੱਜਣ ਜੋ ਮਹਿਬੂਬ ਸਾਹਿਬ ਨੂੰ ਬੜੇ ਰੀਝ ਨਾਲ ਪੜ੍ਹ ਰਹੇ ਹਨ। ਇੱਕ ਸੱਜਣ ਨੂੰ ਅੱਜ ਲਿਆਉਣਾ ਵੀ ਸੀ, ਕਿਸੇ ਕਾਰਨ ਉਹ ਨਹੀਂ ਆ ਸਕੇ। ਬੇਸਿਕਲੀ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਨੀਆਂ ਸੀ, ਕਿਉਂਕਿ ਉਹਨਾਂ ਨੂੰ 8-10 ਸਾਲ ਹੋ ਗਏ ਮਹਿਬੂਬ ਸਾਹਿਬ ਨੂੰ ਪੜ੍ਹਦੇ ਹਾਂ, ਔਰ ਕਾਫੀ ਉਹਨਾਂ ਦੀ ਕਮਾਂਡ ਹੈ। ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਉਹ ਇੱਥੇ ਆਪ ਜੀ ਦੇ ਰੂਬਰੂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।